कंछी टीवी देख रहे सारे दर्शकों नूं साडे वल्लों बहुत प्यार दे नाल जय गुरदेव ते गुड ईवनिंग जी। असीं बैक पंजाब दी दे विच आ बैठे, हो सकदा तुसीं वी अपने घरां दे विच सारे ठीक ठाक होवोगे, तंदरुस्त होवोगे ते चाह पाणी दा कम चल रहा होवेगा। ते अज कल बच्चों नूं भी छुट्टियां तो काफ़ी रौनक लगियां रहिंदियां घरां दे विच, हजे बच्चे स्कूले नहीं जाण लगे ते हुण थोड़े बस वीक दो वीकां रह गईआं बच्चों स्कूले जाण लप्पण, तो फिर काफ़ी रौनक घट जानी है तो आपां नूं भी कम घट जाता। जब बच्चे घर होंगे तो बड़ा ख्याल रखना पैंदा, बच्चे थोड़े थोड़े चिर बाद खाना मंगते हैं तो फिर आपां नूं खाना भी बना के देना, आपां बिजी रहीदा तो फिर इदां आपां बच्चे छड्डिया ही दे स्कूलां च तो आपां वेले हो जाईदा आ तो आपां कम होर कर लईदे आ। तो हुण तुसीं साडा जिहड़ा प्रोग्राम आ तीआं दा उहदे विच वी जरूर हिस्सा लैणा, उह वी कहिंदे हुंदे आ डल्ली रोड ते अपने कम्यूनिटी सेंटर दे विच प्रोग्राम रख्या होया तीआं दा, तो उहदे विच आ के तुसीं जरूर रौनक लाउणी जी। साडे कोलों तुसीं टिकटां लै सकदे आ, तो टिकटां काफ़ी तो बिक चुकियां आ, तो जे किसी ने लैनिया हुण साडे कोलों किसी कोलों भी लै सकदे जां तुसीं उत्थे आ के डोर ते लै सकदे आ। तो बाकी हुण तुसीं प्रोग्राम साडा हैगा आ मैक पंजाब दी दे विच बोलियां घोड़ियां सुहाग, तो तुसीं लै के आ सकदे आ। तो आपां अज बोलियां घोड़ियां थोड़ियां आपां रेडी करांगे तो फिर आपां नैक्सट एस एस एच डे नूं फिर आपां पाउणियां बोलियां घोड़ियां, तुसीं भी लै के आयो रेडी करियो अपनियां बोलियां घोड़ियां। तो किसे ने सुहाग गाउणा होवे सारियां अपनियां जिदां चीज़ां रेडी करके लियाओ उत्थे नूं, तो फिर उत्थे ਆਪਾਂ ਰੌਣਕ ਲਾਵਾਂਗੇ ਚੰਗੀ। ਅਤੇ ਬਾਕੀ ਜਿਹੜਾ ਪ੍ਰੋਗਰਾਮ ਹੁੰਦਾ ਕਹਿੰਦੇ ਹੁੰਦੇ ਜਦੋਂ ਆਪਾਂ ਜ਼ਿਆਦਾ ਭੈਣਾਂ ਇਕੱਠੀਆਂ ਹੁੰਦੀਆਂ ਲੇਡੀਜ਼ ਜ਼ਿਆਦਾ ਹੋ ਜਾਂਦੀਆਂ ਤਾਂ ਫਿਰ ਸੋਹਣਾ ਲੱਗਦਾ ਆਪਾਂ ਇਕੱਠੇ ਹੋ ਕੇ ਜਦ ਉੱਥੇ ਪ੍ਰੋਗਰਾਮ ਕਰਦੇ ਹਾਂ। ਅਤੇ ਬਾਕੀ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਲ ਕਰ ਸਕਦੇ ਹਾਂ, ਪ੍ਰੋਗਰਾਮ ਦੇ ਵਿੱਚ ਕਿਸੇ ਨੇ ਗੀਤ ਜਾਂ ਕੋਈ ਬੋਲੀਆਂ ਜਾਂ ਸੁਹਾਗ ਜਾਂ ਘੋੜੀ ਗਾਉਣੀ ਹੋਵੇ ਲੈ ਕੇ ਆ ਸਕਦੇ ਹਾਂ, ਅਤੇ ਕਿਸੇ ਨੇ ਕਵਿਤਾ ਵੀ ਪੜ੍ਹਨੀ ਹੋਵੇ ਪੜ੍ਹ ਸਕਦੇ ਹਾਂ। ਅਤੇ ਬਾਕੀ ਤੁਸੀਂ ਪਹਿਲਾਂ ਬੁਲਾ ਲਓ ਜੀ ਜੈ ਗੁਰਦੇਵ। ਹਾਂਜੀ ਦੋਸਤੋ, ਆਪ ਸਭ ਨੂੰ ਜੈ ਗੁਰਦੇਵ ਜੀ, ਸਤਿ ਸ਼੍ਰੀ ਅਕਾਲ ਜੀ ਅਤੇ ਵੈਰੀ ਗੁੱਡ ਈਵਨਿੰਗ ਆਖਦੇ ਹਾਂ। ਅੱਜ 30 ਅਗਸਤ ਹੋ ਗਿਆ ਹੈਗਾ ਆ, 30 ਅਗਸਤ 2021 ਜੀ, ਅਤੇ ਇਹ ਅਖੀਰਲਾ ਜਿਹੜਾ ਸਾਡਾ ਬੈਂਕ ਹੋਲੀਡੇ ਹੋ ਗਿਆ, ਹਾਂਜੀ ਇਸ ਸਾਲ ਦਾ ਅਖੀਰਲਾ ਬੈਂਕ ਹੋਲੀਡੇ। ਸੋ ਵੀਕਐਂਡ ਕਾਫੀ ਲੰਬੀ ਹੋ ਗਈ ਹੈਗੀ ਆ, ਸੈਟਰਡੇ ਸੰਡੇ ਔਰ ਮੰਡੇ ਦੀ ਵੀ ਛੁੱਟੀ ਹੋ ਗਈ, ਛੁੱਟੀ ਹੁਣ ਤਾਂ ਪੂਰੀ ਹੋ ਗਈ ਆ ਜੀ। ਕਈਆਂ ਨੂੰ ਤਾਂ ਉਦਾਂ ਹੀ ਛੁੱਟੀ ਹੁੰਦੀ ਆ, ਮੰਡੇ ਦੀ ਸਾਨੂੰ ਤਾਂ ਹੁੰਦੀ ਆ, ਪਰ ਜਿਹਨਾਂ ਨੂੰ ਨਹੀਂ ਹੁੰਦੀ ਉਹਨਾਂ ਲਈ ਤਾਂ ਇਹ ਬੈਨੀਫਿਟ ਹੁੰਦਾ ਵੀ ਬੱਚਿਆਂ ਨਾਲ ਬੈਠਣ ਦੇ ਮੌਕੇ ਵੱਧ ਮਿਲਦੇ ਹੈਗੇ, ਲੌਂਗ ਵੀਕਐਂਡ ਹੋ ਜਾਂਦਾ ਔਰ ਬਹੁਤ ਸਾਰੇ ਲੋਕ ਬਾਹਰ ਹੋਲੀਡੇ 'ਤੇ ਵੀ ਚਲੇ ਜਾਂਦੇ ਹੈਗੇ ਆ, ਅਤੇ ਚੰਗਾ ਲੱਗਦਾ ਜਦੋਂ ਸਾਰੇ ਗੇਟ ਟੁਗੈਦਰ ਹੁੰਦੇ, ਫੈਮਲੀਆਂ ਵਧੀਆ ਇੱਕ ਦੂਜੇ ਨਾਲ ਗੱਲਬਾਤ ਕਰਦੇ ਹੈਗੇ ਆ। ਅਤੇ ਅੱਜ ਦਾ ਮੌਸਮ ਜਿਹੜਾ ਆ ਉਹ ਵੀ ਥੋੜ੍ਹਾ ਢਿੱਲਾ ਢਿੱਲਾ ਜਿਹਾ ਹੈਗਾ ਆ, ਬਦਲੀ ਬਦਲੀ ਜਿਹਾ ਹੋ ਗਿਆ, ਅਤੇ ਲੱਗਦਾ ਵੀ ਸਮਰ ਦੀ ਜਿਹੜੀ ਆ ਅਖੀਰ ਆ ਰਿਹਾ ਹੈਗਾ, ਅਤੇ ਠੰਡ ਵੱਲ ਨੂੰ ਮੌਸਮ ਲੱਗਦਾ ਘੱਟ, ਟੈਂਪਰੇਚਰ ਲੋਅ ਹੋ ਗਿਆ ਹੈਗਾ, ਅਤੇ ਹੌਲੀ ਹੌਲੀ ਇਹ ਬਦਲਦਾ ਜਾਊਗਾ। ਨੈਕਸਟ ਵੀਕ ਵੀ ਪਤਾ ਲੱਗਦਾ ਵੀ 18-19 ਡਿਗਰੀ ਤੱਕ ਰਹੂਗਾ, ਅਤੇ ਬਦਲੀ ਬਦਲੀ ਜਿਹਾ ਰਹੂਗਾ, ਅਤੇ ਇਹਦੇ ਨਾਲ ਫਿਰ ਹੌਲੀ ਹੌਲੀ ਮੌਸਮ ਬਦਲ ਜਾਣਾ, ਸਾਰਾ ਕੁਛ ਹੋ ਜਾਣਾ। ਹਾਂਜੀ, ਸੋ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਹੈ ਜੀ, ਹਾਂ ਚਲੋ ਠੀਕ ਆ, ਮੈਂ ਤਾਂ ਇਹਨਾਂ ਦੇ ਮਤਲਬ ਹੋਰ ਕੱਢਦਾ ਰਹਿੰਦਾ, ਚਲੋ ਹੁਣ ਮਨਾਉਂਦੇ ਰਹਿੰਦੇ ਆ ਲੋਕ ਤਾਂ ਅਸੀਂ ਉਹਨਾਂ ਦੇ ਨਾਲ ਰਲ ਜਾਈਦਾ, ਅਤੇ ਕਈ ਵਾਰੀ ਭੇਡ ਚਾਲ ਵੀ ਹੋ ਜਾਂਦੀ ਹੈ, ਹੈ ਨਾ। ਹਾਂਜੀ ਹਾਂਜੀ, ਪਰ ਠੀਕ ਆ, ਹੁਣ ਜਿੱਦਾਂ ਦੀ ਗੱਲਬਾਤ ਹੈਗੀ ਆ, ਅਤੇ ਇਹਦੇ ਵਿੱਚ ਕਾਫੀ ਜਿਹੜਾ ਪ੍ਰੋਗਰਾਮ ਹੋ ਰਿਹਾ ਹੈਗਾ, ਅਤੇ ਲੇਡੀਜ਼ ਦਾ ਪ੍ਰੋਗਰਾਮ ਆ, ਟਿਕਟਾਂ ਵੀ ਵਿਕ ਰਹੀਆਂ ਹੈਗੀਆਂ ਜਾ ਰਹੀਆਂ ਹੈਗੀਆਂ, ਔਰ ਪ੍ਰੋਗਰਾਮ ਇਹ ਡੱਲੀ ਰੋਡ ਦੇ ਉੱਤੇ ਆਪਣੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਦੇ ਸਾਹਮਣੇ ਵਾਲੀ ਜਿਹੜੀ ਬਿਲਡਿੰਗ ਆ ਉਹਦੇ ਵਿੱਚ ਕਮਿਊਨਿਟੀ ਸੈਂਟਰ ਆ, ਉੱਥੇ ਹੋ ਰਿਹਾ ਹੈਗਾ, ਅਤੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਮਸਲੇ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ। 2 ਲਾਈਨਾਂ ਇਸ ਵੇਲੇ ਖੁੱਲ੍ਹੀਆਂ ਹੈਗੀਆਂ, ਜਿਹਨਾਂ ਦੇ ਨੰਬਰ ਹਨ 03007072246, ਅਤੇ ਦੂਸਰੀ ਲੈਂਡਲਾਈਨ ਹੈ 01215024304। ਦੋਨਾਂ ਲਾਈਨਾਂ ਦੇ ਉੱਤੇ ਕਿਸੇ 'ਤੇ ਵੀ ਤੁਸੀਂ ਗੱਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ, ਔਰ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਦੀ ਲੋੜ ਹੋਵੇ ਟਿਕਟਾਂ ਵਗੈਰਾ ਦੀ ਜਾਂ ਇਹ ਜਿਹੜਾ ਮੇਲਾ ਰੱਖਿਆ ਹੈ ਇਹਦੇ ਬਾਰੇ, ਤਾਂ ਉਹ ਤੁਸੀਂ ਉਹਨਾਂ ਤੋਂ ਇਨਫੋਰਮੇਸ਼ਨ ਵੀ ਲੈ ਸਕਦੇ ਹੈਗੇ ਆ ਜੀ। ਸੋ ਹਾਂਜੀ, ਤੁਹਾਡਾ ਇਹਦੇ ਵਿੱਚ ਹਾਂਜੀ ਕੀ ਕੁਛ ਕਹਿਣ ਹੈਗਾ ਵੀ, ਕੀ ਤੁਸੀਂ ਬੋਲੀਆਂ ਘੋੜੀਆਂ ਗਾਉਣੀਆਂ ਹੈਗੀਆਂ ਜਾਂ ਕੀ ਕਰਨਾ ਹੈਗਾ ਉੱਥੇ ਜੀ?
इतने तो जी हाँ जी बोलियां घोड़ियां सुहाग तो बाकी जड़िया भैन सुन रही वो लैके आ जाओ तुम बोलियां घोड़ियां तो नाले सानू आके दसना भी किन्ने एक भैन रेडी आ किन्निया ने जाना आ तो साढ़े को टिकटा भी लै सकते हैं तो जे साढ़े को उतों मिल के टिकटा लैनिया उतों लै सकते हैं डोर के बच्चे तो बाकी बोलियां घोड़ियां जो मैं अगे कर दी उही मैं कर दिंदी हाँ। मेरा ख्याल जो जो टिकटा की गल हैगी भी मैं एक बार थोड़ा जहा होर मेरे मन में जिदा की आँगी गलबात मैं कर देव जी क्योंकि जदों असी कहने ना भाई हॉल से लै लवेंगे तो सूँ पता नहीं भी हॉल से किन्ने लोग जोड़े डोर के उत्ते किन्ने लोग हो सकते थोड़े तो टिकट लैन वाले जी ये भी थोड़ा निहार लेनी चाहिए गल भी किन्ने टिकटा थोड़िया किन्ने लोग टोटल चाहिए है उतो बाद लोग आ जाए तो सामने भी औखे हो सकते हो सकता भी जाने मैं कहना भी जिन्हें सारे लोग कॉल करके दस दिन भी सूँ इन टिकट इन चाहिए वह एक रफली आइडिया होजूगा नेड़े तेड़े होजूगा दस भी बंद इधर उधर हो जाता हूँ पर ज्यादा हो जाए तो फिर उन्होंने औखा भी हो जाता हूँ बालना भी औखा हो जाता तो खाना पीना भी अरेजमेंट उन्ना किया हों थोड़ा बहुत तो बच जाता हूँ पता ही अपने पंजाबी खाने इदा के होंगे बई जे 300 बंदा हो 50 बंदे दा उदे वाधू हुंदा उत्थे जी असीं जांदे पहले कॉल वल। हेलो जी। हेलो जी मैं मगन बीज जी बिस्टो तो बोलदा जी। हां जी स्वागत है बीज जी की कहना चाहंदे जी। हां जी बीज साहब जन्माष्टमी भी आप जी नूं बधाईयां ते नाले सुनण वाले श्रोतियां नूं सारयां नूं हेलो हाय नमस्ते सत श्री अकाल जी। जन्माष्टमी सानूं दसो जी पहले जन्माष्टमी की है सानूं पता नहीं है। जन्माष्टमी है जी कृष्ण दा जन्म कृष्ण जी का जन्म। अच्छा जी ठीक है। हाँ जी आज कृष्ण दा जन्मदिन। हाँ जिदा आप जन्माष्टमी फिर कोई क्लीयर नहीं होंगी गल है ना। हाँ जी सानू दस दिता वधिया होया होर भी भैन भरा नूं पता लगा। हाँ जी हाँ जी हाँ जी अच्छा जी ठीक है। तुसीं देखिया कि टैली ते जांदा सी जी ना होर होर न्यूज़ देखते रहिंदा असीं तां होर पासे दीआं गल्लां देखते रहिंदे आ तुहाडे कोल मुकदीआं नहीं गल्लां मैं देखिया। ठीक है जी राज साहब कहते किसी की गरीबी का मखौल नहीं उड़ाईदा जी गरीबी जड़ी होंगी पैसे की नहीं होंगी कर्मा की होंगी है जे किसी अन्ना रूला काला जा माड़ा या बीमार है उसके पर कभी हसना नहीं चाहिए वक्त तो यही जी चीज है अज उदे ते कल साडे ते भी आ सकता इस वक्त के अगे बड़े बड़े पीर पैगंबर ने हाथ खड़े कर दते उसकी माया का भेत बन वाला कोई नहीं जमया हाँ जानता हो जान बन जाता उपर वाला कहता देखा है ना दुनिया ने पर के दुनिया इको निगाह मानी दुनिया तबाक इको सब ओदे हाथ च है साडे हाथ की आ साडे हाथ अपने साह है नहीं साडे हाथ अपने कर्म है नहीं कहता किसी की गरीबी का मखौल नहीं उड़ाई रब का दिता होया वंड वंड खाई किसी की गरीबी का मखौल नहीं उड़ाई रब का दिता होया वंड वंड खाई उन्होंने भी दिलों में अरमान वे सुमार ने वह भी चाहे दिलों करते सत्कार ने दुखी हुए दिलों होर नहीं सताई किसी की गरीबी का मखौल नहीं उड़ाई रब का वह दिता होया वंड वंड खाई पैसे के हंकार रब न तू भुलिया पैसे के हंकार रब न तू भुलिया फुला जाए बाने पाके एवे तू डुलिया जीती जी दाते सजा दिती जी दाते सजा उन्हू होर नहीं सताई जीदा मखौल नहीं उड़ाई रब का दिता होया वंड वंड प्रेमी वाग बन जा तू दुखिया का डर दी प्रेमी वाग बन जा तू दुखिया का डर दी देख सारी कुदरत किमें इज्जत कर दी देख सारी कुदरत किमें आपे मिट जाती भुख जे भुखे नू खलाई दा किसी की गरीबी का मखौल नहीं उड़ाई रब का दिता होया वंड वंड खाई दा। थैंक यू जी थोड़ा बहुत बहुत जी थैंक यू मोर बिज साहब लिस्टर वाले हो जी। हाँ जी बड़ी चंगी गल्लां कीतियां हैगियां जी। हाँ जी तो दोस्तों तुसीं भी टैलीफोन कर सकते हो तुहाडे नाल राणी राज जी और मैं बलबीर सिंह राज पे प्रोग्राम पेश कर रहा मैक पंजाब दी इहदे विच हिस्सा लैण लई तुहाडे कोल नंबर स्क्रीन दे उत्ते चल रहा है तो किसी भी तरह की इनफॉर्मेशन होवे किस तरह की तुसीं साडे नाल गलबात करनी होवे तो तुसीं गलबात कर सकते हो जी। हाँ जी कहिंदे वी गरीबी का कहिंदे माहौल नहीं लड़ाई का सच्ची गल मोहन बिज साहब कहिंदे आ। हाँ जी हाँ जी गल तो यह भी हाँ जी ये तो नहीं हुंदा अड़ाउणा तो नहीं चाहिए है नहीं किसी को पता किदा का अपने ते टाइम आ जाना ना। हाँ जी हुण जांदे सी कॉल वल। हैलो जी। हैलो जी नम नम सत श्री अकाल। सत श्री अकाल जी डॉक्टर मोहम्मद एजाज साहब। हाँ जी हाँ जी स्वागत है अभी जी की मैं
ਬੜੇ ਅੱਜ ਕੱਲ ਖਰਾਬ ਖਬਰਾਂ ਆ ਰਹੀਆਂ ਅਫਗਾਨਿਸਤਾਨ ਤੋਂ ਤੇ ਮੈਂ ਕਿਹਾ ਚਲੋ ਹੋਰ ਕੋਈ ਨੀ ਤੇ ਕਿ ਅਸੀਂ ਸਾਰੇ ਧਰਮ ਭੁਲਾ ਕੇ ਇਨਸਾਨੀਅਤ ਦਾ ਮਜ਼ਹਬ ਅਪਣਾਈਏ ਆਪਾਂ ਸੇ ਅਮਨ ਸ਼ਾਂਤੀ ਰਹੇ ਸਭ ਮਿਲ ਜੁਲ ਕੇ ਰਹਿਣ ਬਿਲਕੁਲ ਕਿਸੇ ਵੀ ਮਜ਼ਹਬ ਦੇ ਲੋਕ ਭਾਈਚਾਰਾ ਵਧਾਉਣ ਤੇ ਮਤਲਬ ਅਮਨ ਸ਼ਾਂਤੀ ਰਹੇ ਹਰ ਪਾਸੇ ਹਾਂਜੀ ਅਮਨ ਸ਼ਾਂਤੀ ਹੈ ਕਿ ਨਹੀਂ ਅਜੇ ਹੋਈ ਹਾਂਜੀ ਅਮਨ ਸ਼ਾਂਤੀ ਹੋਇਆ ਕਿ ਨਹੀਂ ਅਜੇ ਅਜੇ ਦੇਖੋ ਬੜੇ ਖਰਾਬ ਖਬਰਾਂ ਆ ਰਹੀਆਂ ਨੇ ਉੱਥੇ ਐਕਸਪਲੋਜਨ ਹੋ ਰਹੇ ਨੇ ਕਾਬੁਲ ਏਅਰਪੋਰਟ ਤੇ ਖਬਰਾਂ ਸੁਣਦੇ ਰਹੀਦਾ ਬੜਾ ਸੁਣ ਕੇ ਅਫਸੋਸ ਹੁੰਦਾ ਕਿ ਅਮਰੀਕਾ ਜਿਹੜਾ ਕਿਸ ਤਰ੍ਹਾਂ ਉਹਨਾਂ ਲੋਕਾਂ ਤੇ ਜ਼ੁਲਮ ਕਰ ਰਿਹਾ ਤੇ ਸਭ ਪਾਸੇ ਅਮਨ ਸ਼ਾਂਤੀ ਰਹੇ ਹਾਂਜੀ ਹਾਂਜੀ ਠੀਕ ਹੈ ਠੀਕ ਜੀ ਡਾਕਟਰ ਸਾਹਿਬ ਮਿਹਰਬਾਨੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਹਾਂਜੀ ਜੀ ਹਾਂਜੀ ਅਫਗਾਨਿਸਤਾਨ ਬਾਰੇ ਗੱਲਬਾਤ ਕਰਦੇ ਸੀ ਉੱਥੇ ਦੀ ਤੰਗੀ ਦਾ ਸਾਨੂੰ ਹੁਣ ਪਤਾ ਹੈ ਕਾਫੀ ਬਹੁਤ ਜ਼ਿਆਦਾ ਤੰਗੀ ਹੈ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਉਸ ਗੱਲ ਦਾ ਹੀ ਨਹੀਂ ਪਤਾ ਉਹ ਕਹਿੰਦੇ ਉੱਥੇ ਕੀ ਹੋ ਰਿਹਾ ਹੈਗਾ ਪੜ੍ਹੇ ਲਿਖਿਆ ਨਾਲ ਵੀ ਮੈਂ ਗੱਲ ਕੀਤੀ ਆ ਜਿਹੜੇ 12-12 14-16 ਪੜ੍ਹੇ ਹੋ ਆ ਇੰਡੀਆ ਦੇ ਉਹਨਾਂ ਨਾਲ ਜੋ ਗੱਲਬਾਤ ਕਰਦੇ ਨਾ ਵੀ ਤੁਹਾਨੂੰ ਪਤਾ ਵੀ ਅਫਗਾਨਿਸਤਾਨ ਦੀ ਜਦੋਂ ਕੋਈ ਗੱਲਬਾਤ ਕਰਦੇ ਹਾਂ ਕਹਿੰਦੇ ਪਤਾ ਨਹੀਂ ਉੱਥੇ ਕੀ ਹੁੰਦਾ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਉੱਥੇ ਕੀ ਹੁੰਦਾ ਹੈਗਾ ਸੋ ਇਹ ਦੇਖ ਲਓ ਵੀ ਇੱਦਾਂ ਦੀ ਪੜ੍ਹਾਈ ਵੀ ਹੈਗੀ ਆ ਜਿਹੜੀ ਜਿਹਦੇ ਵਿੱਚ ਤੁਹਾਨੂੰ ਆਲੇ ਦੁਆਲੇ ਦਾ ਪਤਾ ਨਹੀਂ ਵੀ ਕਿੱਥੇ ਕੀ ਹੋ ਰਿਹਾ ਹੈਗਾ ਅਤੇ ਤੁਸੀਂ ਕਿਸੇ ਨਾਲ ਗੱਲਬਾਤ ਵੀ ਕਿਹੜੇ ਮਸਲੇ ਦੇ ਉੱਤੇ ਕਰ ਸਕਦੇ ਹੈਗੇ ਜੇ ਗੱਲਬਾਤ ਦਾ ਨਹੀਂ ਪਤਾ ਹੈਗਾ ਦੁਨੀਆ ਦੇ ਦੁੱਖ ਤਕਲੀਫ ਦਾ ਨਹੀਂ ਪਤਾ ਹੈਗਾ ਔਰ ਗੱਲਬਾਤ ਵੀ ਛੋਟੀ ਨਹੀਂ ਹੈਗੀ ਯਾਨੀ ਵਰਲਡ ਲੈਵਲ ਦੀ ਗੱਲਬਾਤ ਹੋ ਰਹੀ ਆ ਅਤੇ UK ਵਾਲਿਆਂ ਨੇ ਜਿਹੜਾ ਹੈਗਾ ਆ ਸਾਡੀ ਸਰਕਾਰ ਨੇ ਮੇਰੇ ਖਿਆਲ ਕੱਲ੍ਹ ਦੇ ਲਿਆਉਣੇ ਬੰਦ ਕਰ ਦਿੱਤੇ ਲੋਕ ਜੀ ਅਤੇ ਉੱਥੋਂ ਅਖੀਰਲੀ ਫਲਾਈਟਾਂ ਇਹਨਾਂ ਦੀਆਂ ਹੋ ਗਈਆਂ ਸੀਗੀਆਂ ਅਤੇ ਅਜੇ ਅਮਰੀਕਾ ਉੱਥੇ ਗਰਜਦਾ ਹੈਗਾ ਆ ਦੇਖੋ ਕਿੱਦਾਂ ਗੱਲਬਾਤ ਹੁੰਦੀ ਹੈ ਲੋਕਾਂ ਨੂੰ ਕੱਢ ਲਿਆ ਇਹਨਾਂ ਜਿੰਨਾ ਕੁ ਨੇ ਕੱਢ ਸਕਦੇ ਸੀ ਬਾਕੀ ਪਤਾ ਨਹੀਂ ਵਿਚਾਰੇ ਕਿੰਨੇ ਕੁ ਉੱਥੇ ਰਹਿ ਗਏ ਹੋਣੇ ਕਿੰਨੇ ਕੁ ਤੜਫਦੇ ਹੋਣੇ ਕਿੱਦਾਂ ਗੱਲਬਾਤ ਹੋਣੀ ਆ ਅਤੇ ਉਹਦਾ ਬਾਅਦ 'ਚ ਪਤਾ ਲੱਗੂਗਾ ਹਾਂਜੀ ਚਲੋ ਜੀ ਠੀਕ ਹੈ ਜੀ ਮੈਂ ਦੋ ਬੋਲੀਆਂ ਪਾ ਦਾਂ ਪਹਿਲਾਂ ਹਾਂਜੀ ਅਨਪੜ੍ਹ ਖਾਂਦੇ ਸੁੱਕੀ ਰੋਟੀ ਅਨਪੜ੍ਹ ਖਾਂਦੇ ਸੁੱਕੀ ਰੋਟੀ ਪੜ੍ਹੇ ਖਾਂਦੇ ਚੂਰੀ ਵੇ ਕਰ ਪਾੜੇ ਦੇ ਮੌਜ ਬਾਬਲਾ ਪੂਰੀ ਵੇ ਕਰ ਪਾੜੇ ਦੇ ਮੌਜ ਬਾਬਲਾ ਪੂਰੀ ਵੇ ਕਰ ਪਾੜੇ ਦੇ ਕੱਚੇ ਕੱਚੇ ਕੋਠਿਆਂ ਨੂੰ ਕੱਚੀਆਂ ਨੇ ਪੌੜੀਆਂ ਕੱਚੇ ਕੱਚੇ ਕੋਠਿਆਂ ਨੂੰ ਕੱਚੀਆਂ ਨੇ ਪੌੜੀਆਂ ਪੁੱਤਰੇ ਪਿਆਰੇ ਨੂੰ ਆਫੀਮ ਨਾਲੋਂ ਕੌੜੀਆਂ ਪੁੱਤਰੇ ਪਿਆਰੇ ਨੂੰ ਆਫੀਮ ਨਾਲੋਂ ਕੌੜੀਆਂ ਪੁੱਤਰੇ ਪਿਆਰੇ ਨੂੰ ਆਫੀਮ ਨਾਲੋਂ ਕੌੜੀਆਂ ਜੇ ਮਾਪੇ ਹੋਵੇ ਤੁਹਾਨੂੰ ਧੀਆਂ ਨੇ ਪਿਆਰੀਆਂ ਜੇ ਮਾਪੇ ਹੋਵੇ ਤੁਹਾਨੂੰ ਧੀਆਂ ਨੇ ਪਿਆਰੀਆਂ ਅੱਠੀ ਦਿਨੀ ਫੇਰਾ ਪਾਇਆ ਕਰੋ ਵਿੱਚ ਡੁੱਬ ਜਾਣੀਆਂ ਦਾ ਚੇਤੇ ਪਰੇ ਚਾਇਆ ਕਰੋ ਵੇ ਡੁੱਬ ਜਾਣੀਆਂ ਦਾ ਚੇਤੇ ਪਰ ਚਾਇਆ ਕਰੋ ਵੇ ਡੁੱਬ ਜਾਣੀਆਂ ਦਾ ਚਿੱਤ ਪਰ ਚਾਇਆ ਕਰੋ ਇਹ ਸੀਗੀਆਂ ਜੀ ਬੋਲੀਆਂ ਤੋਂ ਕ ਅਤੇ ਬਾਕੀ ਅਸੀਂ ਬੋਲੀਆਂ ਸਹਿਚੜਨੇ ਨੂੰ ਪਾਵਾਂਗੇ ਉੱਦਾਂ ਅਸੀਂ ਜਮ੍ਹਾਂ ਕਰਦੇ ਹਾਂ ਜੀ ਬੋਲੀਆਂ ਗਲ ਜਿਹਾ ਘੱਟ ਹੋ ਜਾਂਦਾ ਇੱਥੇ ਹੈ ਨਹੀਂ ਇਹਨਾਂ ਨਾਲ ਹਿੱਸਾ ਪਾਉਣ ਨੂੰ ਹੈ ਨਹੀਂ ਕੋਈ ਠੀਕ ਹੈ ਹਾਂਜੀ ਹਾਂ ਮੈਨੂੰ ਇਹ ਨਹੀਂ ਪਤਾ ਲੱਗੀ ਵੀ ਨੋਹਾਂ ਕਾਹਦੇ ਭੀਮ ਨਾਲ ਕੌੜੀਆਂ ਆ ਹੁਣ ਪਤਾ ਨਹੀਂ ਜੀ ਨੋਹਾਂ ਭੀਮ ਨਾਲ ਕੌੜੀਆਂ ਕਿ ਸੱਸਾਂ ਦੀ ਨੋਹਾਂ ਦੀ ਬਣਦੀ ਨਹੀਂ ਪਰ ਕਈਆਂ ਘਰਾਂ 'ਚ ਬਣਦੀ ਵੀ ਬਥੇਰੀ ਆ ਹਨਾ ਇਹ ਪੁੱਤੇ ਕਹਾਣੀ ਜਿਹਾ ਬਣਿਆ ਕਦੀ ਕਹਿੰਦੇ ਆ ਨਨਾਨ ਭਰਜਾਈ ਦੀ ਨਹੀਂ ਬਣਦੀ ਤਾਂ ਕਦੀ ਕਹਿੰਦੇ ਸੱਸ ਨੂੰ ਦੀ ਬਣਦੀ ਜਿਹਨਾਂ ਦੇ ਘਰ ਬਣਦੀ ਵੀ ਬਥੇਰੀ ਆ ਹਨਾ ਇਹ ਆਪਣੇ 'ਤੇ ਵੀ ਡਿਪੈਂਡ ਆ ਤੁਸੀਂ ਕਿੱਦਾਂ ਰਹਿਣਾ ਅਤੇ ਬਾਕੀ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਘਰਾਂ ਦੇ ਵਿੱਚ ਛੋਟੀਆਂ ਮੋਟੀਆਂ ਜਿਹੜੀ ਫੈਮਿਲੀ ਕਹਿੰਦੇ ਹੁੰਦੇ ਟੱਬਰ ਬੱਸਦੇ ਉਹਨਾਂ ਦੇ ਵਿੱਚ ਛੋਟੀਆਂ ਮੋਟੀਆਂ ਤਾਂ ਗੱਲਾਂ ਪਤਾ ਹੁੰਦੀਆਂ ਰਹਿੰਦੀਆਂ ਦੋਨਾਂ ਪਾਸੋਂ ਖਿਆਲ ਠੀਕ ਹੋਣ ਤਾਂ ਗੱਲ ਬਣਦੀ ਆ ਹਾਂਜੀ ਹਾਂਜੀ ਉਦਾਂ ਹੀ ਗੱਲ ਬਣਦੀ ਹੋਵੇ ਉਹੀ ਗੱਲ ਹੈ ਵੀ ਖਿਆਲ ਮਿਲਦੇ ਹੁਣ ਦੋਨਾਂ ਜਾਣਿਆਂ ਦੇ ਤਾਂ ਫਿਰ ਹੀ ਗੱਲ ਬਣਦੀ ਆ ਹਾਂ ਕਈ ਵਾਰੀ ਆਪਾਂ ਖਿਆਲ ਜਿਹੜੇ ਛੱਡਦੇ ਨਹੀਂ ਹੈਗੇ ਜਿਹੜੇ ਪੁਰਾਣੇ ਆ ਜਾਂ
ਨਵਿਆਂ ਵਿੱਚ ਵੀ ਬਥੇਰੇ ਤਰ੍ਹਾਂ ਦੀ ਘਾਟ ਹੁੰਦੀ ਆ, ਇੱਦਾਂ ਦੀ ਗੱਲ ਹੈ ਕਿ ਵੀ ਨਵੇਂ ਬਾਹਲੇ ਚੰਗੇ ਹੁੰਦੇ ਆ ਵੀ ਪੁਰਾਣੇ ਗਲਤ ਹੁੰਦੇ ਆ? ਨਹੀਂ ਨਹੀਂ, ਸਾਰੇ ਪਾਸੇ ਚੱਲਦੀ ਗੱਡੀ। ਹਾਂਜੀ, ਜੇ ਜੇ ਗੱਲ ਚੱਲ ਗਈ ਤਾਂ ਚੱਲ ਗਈ, ਹਾਂਜੀ, ਜੇ ਨਹੀਂ ਚੱਲੀ ਤਾਂ ਫਿਰ ਔਖਾ ਹੀ ਆ, ਹੈ ਨਾ? ਹਾਂਜੀ ਹਾਂਜੀ, ਫਿਰ ਤਾਂ ਇੱਕ ਵੀਲ ਜਦੋਂ ਟੁੱਟਾਇਆ ਹੁੰਦਾ ਹੈ ਨਾ, ਇੱਕ ਸਾਬਤਾ ਹੁੰਦਾ, ਫਿਰ ਖਿੱਚ ਘੜੀ ਬਹੁਤ ਹੁੰਦੀ ਆ, ਹੈ ਨਾ? ਹਾਂਜੀ ਹਾਂਜੀ। ਹੈਲੋ ਜੀ। ਹਾਂਜੀ ਹਾਂਜੀ ਜੀ, ਇਸ਼ਫਾਕ ਅਹਿਮਦ ਬੋਲਦਾ ਜੀ, ਹੜਸੀਲ ਤੋਂ। ਇਸ਼ਫਾਕ ਸਾਹਿਬ, ਕੀ ਹਾਲ ਚਾਲ ਜੀ? ਠੀਕ ਠਾਕ ਹੋ? ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ। ਥੈਂਕ ਯੂ ਜੀ। ਠੀਕ ਹੈ ਜੀ, ਤਾਂ ਅੱਜ ਦਾ ਟੌਪਿਕ ਕੀ ਰੱਖਿਆ ਮਾੜਾ ਜਿਹਾ? ਅੱਜ ਜੀ ਅਸੀਂ ਬੋਲੀਆਂ ਘੋੜੀਆਂ ਪਾਉਂਦੇ ਹਾਂ। ਅੱਛਾ ਜੀ, ਮੈਂ ਹੋਰ ਹੀ ਸਮਝ ਮੈਂ ਕਿ ਪਤਾ ਨਹੀਂ ਅਫਗਾਨਿਸਤਾਨ ਨੂੰ ਤੁਰ ਗਏ ਅੱਜ। ਕਦੇ ਕਦੇ ਅਫਗਾਨਿਸਤਾਨ ਵੀ ਜਾ ਵੜੀ ਦਾ, ਉਹ ਵੀ ਜੀ ਗੱਲਬਾਤ ਕਰਨੀ ਪੈਂਦੀ ਸਾਰੇ ਤਰ੍ਹਾਂ ਦੀ ਥੋੜੀ ਬਹੁਤੀ ਤਾਂ। ਨਹੀਂ ਨਹੀਂ, ਚੰਗੀ ਗੱਲ ਆ। ਮੈਂ ਇਹ ਸੋਚਦਾ ਸੀ ਭਾਜੀ, ਹਾਂਜੀ, 50-55 ਸਾਲ ਮੇਰੀ ਉਮਰ ਹੋ ਗਈ ਹੈ, ਹਾਂਜੀ, ਤਾਂ ਉਸ ਮੁਲਕ ਤੇ ਅੱਜ ਸੁਣਿਆ ਨਹੀਂ ਵੀ ਉੱਥੇ ਪੀਸ ਆਇਆ ਹੋਵੇ। ਹਾਲਾਂਕਿ ਉੱਥੇ ਸੋਨਾ ਵੀ ਬਹੁਤ ਆ, ਲੀਥੀਅਮ ਵਗੈਰਾ ਜਾਂ ਜੋ ਵੀ ਹੈ ਨਾ ਜੀ, ਨੈਚੁਰਲ ਚੀਜ਼ਾਂ ਹੁੰਦੀਆਂ, ਡਰਾਈ ਫਰੂਟ ਬੜਾ ਆ। ਹਾਂਜੀ, ਸਾਰਾ ਕੁਛ, ਮਗਰ ਉਹਨਾਂ ਦੀ ਕਿਸਮਤ ਕੋਈ ਮਾੜੀ ਇੱਦਾਂ ਦੀ ਆ, ਜਾਂ ਪਤਾ ਨਹੀਂ ਕੀ ਚੱਕਰ ਆ, ਜਾਂ ਆਪਣੇ ਬੰਦੇ ਦੇ ਅੱਗੇ ਆਪ ਆ ਜਾਂਦੀ ਹੈ ਇਸ ਦੁਨੀਆਂ 'ਚ। ਤਾਂ ਉੱਥੇ ਅਮਨ ਸ਼ਾਂਤੀ ਵਾਲੀ ਗੱਲ ਜਿਹੜੀ ਹੈ ਨਾ ਜੀ ਭਾਜੀ, ਉਹ ਅੱਜ ਤੱਕ ਨਾ ਸੁਣੀ ਨਾ ਦੇਖੀ, ਉੱਥੇ ਹਰ ਵੇਲੇ ਆਹਾ ਵੱਡੇ ਟੋਕੀ ਚੱਲਦੀ। ਅਸ਼ਾਂਤ ਆ ਮੁਲਕ, ਉਹ ਅਸ਼ਾਂਤ ਮੁਲਕ ਜੀ, ਤਾਂ ਨਾ ਕੋਈ ਰੱਬ ਦੀ ਕੋਈ ਐਸੀ ਕੋਈ ਉੱਥੇ ਬਖਸ਼ ਕੀ ਕਹਿੰਦੇ ਆ ਵੀ ਸਮਝ ਆਈ ਨਾ, ਕੋ ਉੱਥੇ ਸਕੂਨ ਆਇਆ ਹੀ ਨਹੀਂ ਜੀ। ਹਾਂਜੀ ਹਾਂਜੀ, ਤੇ ਮਾੜੀ ਕਿਸਮਤ ਆ ਉੱਥੇ ਦੇ ਰਹਿਣ ਵਾਲਿਆਂ ਦੀ। ਬਿਲਕੁਲ ਬਿਲਕੁਲ ਹਾਂਜੀ, ਤੇ ਕਹਿੰਦੇ ਆ ਵੀ ਕਿਸੇ ਇੱਕ ਦੀ ਵਜ੍ਹਾ ਤੋਂ ਵੀ 100 ਨੂੰ ਜਿੱਦਾਂ ਕਹਿੰਦੇ ਆ ਵੀ ਤਕਲੀਫ ਹੁੰਦੀ ਆ, ਤੁਹਾਨੂੰ ਸੁਣਦੇ ਰਹਿੰਦੇ ਇਸ਼ਫਾਕ ਸਾਹਿਬ, ਜਦੋਂ ਤੁਸੀਂ ਹੋਰ ਵੀ ਪ੍ਰੋਗਰਾਮਾਂ 'ਚ ਆਉਂਦੇ ਆ ਤਾਂ ਕਦੇ ਕਦੇ ਸਾਨੂੰ ਵੀ ਆਉਂਦਾ ਹੀ ਨਹੀਂ ਗਾ ਕਿਸੇ ਹੋਰ ਪ੍ਰੋਗਰਾਮ 'ਚ, ਤੁਹਾਨੂੰ ਸਾਨੂੰ ਤੁਹਾਡੇ ਵਿਚਾਰ ਸੁਣਨ ਦਾ ਮੌਕਾ ਮਿਲ ਜਾਂਦਾ ਕਦੇ ਨਾ ਕਦੇ। ਭਾਜੀ ਫਿਰ ਮੈਂ ਹਿੱਸਾ ਪਾਇਆ ਕਰੂੰਗਾ ਜੀ ਤੁਹਾਡੇ ਪ੍ਰੋਗਰਾਮ 'ਚ ਰੈਗੂਲਰ ਜੀ। ਪਾਇਆ ਕਰੋ ਸਾਰੇ ਪ੍ਰੋਗਰਾਮਾਂ ਜਿਹੜੇ ਤੁਹਾਨੂੰ ਚੰਗੇ ਲੱਗਦੇ, ਜਿਹੜੇ ਤੁਹਾਡੇ ਹਿਸਾਬ ਨਾਲ ਤੁਹਾਨੂੰ ਲੱਗਦਾ ਵੀ ਇੱਥੇ ਮੈਨੂੰ ਗੱਲ ਕਰਨੀ ਚਾਹੀਦੀ ਆ। ਭਾਜੀ ਕਿਸੇ ਵੇਲੇ ਨਾ ਨਹੀਂ ਵੀ ਗੱਲ ਕਰ ਹੁੰਦੀ ਆ, ਮੈਂ ਖਿੱਚ ਚੜਿਆ ਹੁੰਦੀ ਆ, ਪਤਾ ਕਿਉਂ? ਟੌਪਿਕ ਹੋਰ ਹੁੰਦਾ ਵਾ, ਬੰਦੇ ਕਿਸੇ ਹੋਰ ਪਾਸੇ ਲੈ ਤੋ, ਇਹ ਤਾਂ ਗੱਲ ਹੈਗੀ, ਇਹ ਤਾਂ ਹੈਗੀ ਜੀ। ਤੁਸੀਂ ਵੀ ਖੇਡਦੇ ਬੈਠੇ ਨਾ ਕਿਸੇ ਨੂੰ ਕਹਿ ਨਹੀਂ ਸਕਦੇ, ਉਹ ਦੰਦੀਆਂ ਤੁੰਦੀਆਂ ਪੀ ਕੇ ਤੁਸੀਂ ਵੀ ਹੱਸਦੇ ਹੀ ਰਹਿੰਦੇ ਆ, ਇਹ ਤਾਂ ਹੈਗੀ ਆ ਗੱਲ, ਇਸ਼ਫਾਕ ਸਾਹਿਬ ਤੁਹਾਨੂੰ ਤਾਂ ਬਾਹਲਾ ਨੇੜੇ ਹੈਗਾ ਆ ਅਫਗਾਨਿਸਤਾਨ, ਸਾਨੂੰ ਤਾਂ ਥੋੜਾ ਜਿਹਾ ਸਾਈਡ ਤੇ ਪੈ ਜਾਂਦਾ, ਪਰੇ ਨੂੰ ਪੈ ਜਾਂਦਾ ਤੁਹਾਡੇ ਟੱਪ ਕੇ ਆ। ਹਾਂਜੀ, ਤੁਹਾਨੂੰ ਸਾਡੇ ਨਾਲ ਵੱਧ ਤਜਰਬਾ ਹੋਣਾ, ਉੱਥੇ ਕੀ ਗੱਲਬਾਤ ਹੈ ਜ਼ਿਆਦਾ, ਇਹ ਕਿਉਂ ਰੌਲਾ ਜਿਹਾ ਇੰਨਾ ਬਣਿਆ ਰਹਿੰਦਾ, ਤੁਹਾਡਾ ਹੈਗਾ ਇੱਦਾਂ ਦੀ ਗੱਲਬਾਤ ਦਾ ਤਜਰਬਾ? ਜੀ ਮੈਨੂੰ ਤੇ ਕੋਈ ਵੀ ਸੱਚੀ ਗੱਲ ਨਹੀਂ ਜੀ ਇੰਨਾ ਪਤਾ, ਬਈ ਉੱਥੇ ਦੀ ਗੱਲ ਕਰਦੇ ਆ ਵੀ ਡਰ ਲੱਗਦਾ। ਹਾਂਜੀ ਹਾਂਜੀ ਹਾਂਜੀ, ਜਾਣ ਨੂੰ ਵੀ ਡਰ ਲੱਗਦਾ। ਹਾਂਜੀ, ਪਤਾ ਬਈ ਉੱਥੇ ਜਿਹੜੇ ਦੁਨੀਆ ਰਹਿੰਦੀ ਆ ਕੰਮ ਕਿੱਦਾਂ ਕਰਦੇ ਆ, ਮੁਸ਼ਕਿਲ ਲੱਗਦਾ, ਮੁਸ਼ਕਿਲ ਆ ਜੀ, ਤੇ ਕੰਮ ਤਾਂ ਬਾਹਰ ਨਿਕਲਿਆ ਜਦੋਂ ਗੋਲੀ ਪੈਣੀ ਆ ਉੱਥੇ, ਤੇ ਸਮਝ ਆਈ ਉੱਥੇ ਜਾ ਕੇ ਕੀ ਕਰਨਾ ਜੀ ਕਿਸੇ ਨੇ। ਹਾਂਜੀ, ਔਖਾ ਹੀ ਆ, ਬਾਹਲਾ ਔਖਾ ਭਾਜੀ। ਚਲੋ ਨਾਈਸ ਆਫ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਹਾਂ, ਥੈਂਕ ਯੂ ਇਸ਼ਫਾਕ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਚੰਗਾ ਲੱਗਾ ਜੀ, ਤੁਸੀਂ ਗੱਲਬਾਤ ਬੜੀ ਸੋਹਣੀ ਕਰਦੇ ਆ ਔਰ ਦੁੱਖ ਦਰਦ ਵੀ ਰੱਖਦੇ ਹੈਗੇ। ਹਾਂਜੀ, ਕਰਦੇ ਰਹਿੰਦੇ ਤਾਂ ਕਈ ਵਾਰ ਸੁਣੀ ਦੀਆਂ ਗੱਲਾਂ ਇਹਨਾਂ ਦੀਆਂ ਸੋਹਣੀਆਂ ਹੁੰਦੀਆਂ। ਹਾਂਜੀ, ਜਿਹੜਾ ਸਾਡਾ ਇਹ ਮੁਲਕ ਹੈਗਾ ਨਾ, ਚਲੋ ਥੋੜ੍ਹੀ ਬਹੁਤ ਸਾਨੂੰ ਵੀ ਹੁੰਦੀ ਹੈ ਗੱਲਬਾਤ, ਬਈ ਇਹ ਜਿਹੜਾ ਮੁਲਕ ਹੈਗਾ ਨਾ ਅਫਗਾਨਿਸਤਾਨ ਜੀ, ਇਹ ਸਦੀਆਂ ਤੋਂ ਹੀ ਜਿੱਦਾਂ ਇਹ ਅਸ਼ਾਂਤ ਆ, ਸ਼ਾਂਤੀ ਇੱਥੇ ਬਹੁਤ ਘੱਟ ਦੇਖਣ ਨੂੰ ਮਿਲੀ ਹੈਗੀ ਆ, ਲੜਾਈ ਕਢਾਈ ਚੱਲਦੀ ਰਹਿੰਦੀ ਹੈ। ਜਦੋਂ ਦੀਆਂ ਗੱਲਾਂ ਹੈਗੀਆਂ ਸਾਡੇ ਵੀ, ਜਦੋਂ ਸਾਡਾ ਪੰਜਾਬ ਦਾ ਵੀ ਉੱਧਰ ਨੂੰ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ, ਅਤੇ ਉਸ ਵੇਲੇ ਵੀ ਜਿੱਦਾਂ ਨਾ ਉੱਧਰੋਂ ਇੱਧਰ ਨੂੰ ਚੋਰੀਆਂ ਡਾਕਿਆਂ ਲਈ ਆ ਜਾਂਦੇ ਸੀਗੇ, ਲੁੱਟ ਮਚਾਈ ਮਚਾਉਂਦੇ ਸੀ, ਫਿਰ ਰੋਕਣੇ ਪਏ ਉੱਧਰ ਬਾਰਡਰਾਂ ਦੇ ਉੱਤੇ ਉਹਨਾਂ ਨੂੰ ਜਾ ਕੇ ਆਪਣਾ, ਹੈ ਨਾ, ਅਤੇ ਜਾਣੀ ਵੀ ਪਹਿਲਾਂ ਤੋਂ ਹੀ ਇਹ ਇੱਧਰਲੇ ਪਾਸੇ ਨੂੰ ਕੋਈ
ਬਈ ਮਾਰ ਹੀ ਇੱਦਾਂ ਦੀ ਭਜੂ ਹੈਗੀ ਆ ਬਈ ਅਸ਼ਾਂਤ ਹੀ ਆ ਜਾਣੀ ਦੁਨੀਆ ਹੈ ਨਾ ਬਈ ਇੰਨੇ ਅਸ਼ਾਂਤ ਥਾਂ ਦੇ ਵਿੱਚ ਬੰਦੇ ਨੂੰ ਸ਼ਾਂਤੀ ਨਾਲ ਰਹਿਣਾ ਬੜਾ ਔਖਾ ਹੈਗਾ ਹਾਂਜੀ ਹਾਂਜੀ ਤੇ ਜਦ ਫਿਰ ਸਾਰੇ ਆਲੇ ਦੁਆਲੇ ਜੁੱਤੀ ਵੱਜੀ ਜਾਂਦੀ ਉੱਥੇ ਰਹਿ ਕਿੱਥੋਂ ਹੁੰਦਾ ਫਿਰ ਦੇਖੋ ਬੱਚੇ ਤੁਹਾਡੇ ਬਾਹਰ ਨੂੰ ਜਾਂਦੇ ਆ ਤੁਹਾਡੇ ਲੜਕੀਆਂ ਬਾਹਰ ਨੂੰ ਜਾਂਦੀਆਂ ਜਾਂ ਕੋਈ ਇੱਦਾਂ ਦੀ ਗੱਲਬਾਤ ਉਹਨਾਂ ਨਾਲ ਹੁੰਦੀ ਆ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਬਈ ਤੁਸੀਂ ਕਰੋਗੇ ਕੀ ਹਨਾ ਇੱਦਾਂ ਉਹ ਕਹਿੰਦੇ ਆ ਨਾ ਇਸ਼ਵਾਕ ਸਾਹਿਬ ਬਈ ਇਹਨਾਂ ਦੇ ਮਸਲਿਆਂ ਦੇ ਉੱਤੇ ਗੱਲ ਕਰਨੀ ਵੀ ਗੱਲ ਕਰਨ ਨੂੰ ਵੀ ਡਰ ਲੱਗਦਾ ਹੈਗਾ ਕਿਹਦੀ ਕਰੀਏ ਜਾਂ ਨਾ ਕਰੀਏ ਅਸੀਂ ਹੈਗੇ ਤੇ ਪਰ ਅਸੀਂ ਤਾਂ ਕਹਿੰਦੇ ਬਈ ਉੱਥੇ ਸ਼ਾਂਤੀ ਹੋਵੇ ਬਾਕੀ ਪਤਾ ਨਹੀਂ ਹੁਣ ਕਦੋਂ ਤੱਕ ਕਿੱਦਾਂ ਦਾ ਉੱਥੇ ਮਾਹੌਲ ਬਣੂਗਾ ਜਾਂ ਕੀ ਉੱਥੇ ਹੋਊਗਾ ਹੈ ਨਾ ਸੋ ਥੈਂਕ ਯੂ ਇਸ਼ਫਾਕ ਸਾਹਿਬ ਤੁਹਾਡਾ ਥੋੜ੍ਹੀ ਬਹੁਤੀ ਗੱਲਬਾਤ ਜਿਹੜੀ ਤੁਸੀਂ ਕੀਤੀ ਵਧੀਆ ਕੀਤੀ ਹੈਗੀ ਆ ਹਾਂਜੀ ਚਲੋ ਅਸੀਂ ਉੱਧਰ ਇਸ਼ਫਾਕ ਸਾਹਿਬ ਚਾਹੁੰਦੇ ਹਨ ਵੀ ਚਲੋ ਖੁਸ਼ ਜਿਹਾ ਮਾਹੌਲ ਬਣਿਆ ਰਹੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੁੰਦੀ ਰਹੇ ਗੱਲਬਾਤ ਵੀ ਕਰਨੀ ਪੈਂਦੀ ਆ ਜੀ ਹਾਂਜੀ ਹੁਣ ਮੈਂ ਨਾ ਅੱਗੇ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਸਾਸਣਾਂ ਦੀ ਲੜਾਈ ਹੁੰਦੀ ਆ ਨਾਨ ਭਰਜਾਈ ਦੀ ਤੇ ਹੁਣ ਮੈਂ ਹੋਰ ਕਰ ਦਿਓ ਤੋਂ ਉਲਟ ਕਰਦੀ ਠੀਕ ਆ ਠੀਕ ਆ ਇਹ ਹੈਗਾ ਉੱਦਾਂ ਦਾ ਇਹ ਗੀਤ ਹੈਗੇ ਆ ਅਸੀਂ ਜਿੱਦਾਂ ਲੇਡੀ ਸੰਗੀਤ ਹੁੰਦਾ ਤਾਂ ਉੱਦਾਂ ਜਦੋਂ ਢੋਲਕੀ ਨਾਲ ਗਾਈਦੇ ਆ ਉਦੋਂ ਦਾ ਗੀਤ ਆ ਪਰ ਫਿਰ ਵੀ ਮੈਂ ਗਾ ਦਿੰਦੀ ਹਾਂ ਮੇਲੇ ਆਦੇ ਚੰਬਾ ਨਾਮ ਕੜੇ ਦੇ ਕੋਲ ਵੇਲੇ ਆਦੇ ਚੰਬਾ ਲਾਮ ਕੜੇ ਦੇ ਕੋਲ ਮੈਂ ਤੇ ਸੱਸੂ ਅਸੀਂ ਕਦੇ ਨਾ ਲੜੀਆਂ ਮੈਂ ਤੇ ਸੱਸੂ ਅਸੀਂ ਕਦੇ ਨਾ ਲੜੀਆਂ ਸਹੁਰੇ ਨੇ ਮਾਰੇ ਮੰਦੇ ਬੋਲ ਵੇਲੇ ਆਦੇ ਚੰਬਾ ਲਾਮ ਕੜੇ ਦੇ ਕੋਲ ਵੇਲੇ ਆਦੇ ਚੰਬਾ ਲਾਮ ਕੜੇ ਦੇ ਕੋਲ ਮੈਂ ਤੇ ਦਰਾਣੀ ਅਸੀਂ ਕਦੇ ਨਾ ਲੜੀਆਂ ਮੈਂ ਤੇ ਦਰਾਣੀ ਅਸੀਂ ਕਦੇ ਨਾ ਲੜੀਆਂ ਦਿਓਰ ਨੇ ਮਾਰੇ ਮੰਦੇ ਬੋਲ ਵੇਲੇ ਆਦੇ ਚੰਬਾ ਲਾਮ ਕੜੇ ਦੇ ਕੋਲ ਵੇਲੇ ਆਦੇ ਚੰਬਾ ਲਾਮ ਕੜੇ ਹੁਣ ਇਹ ਕਿਤੇ ਉਲਟ ਗਾਇਆ ਮੈਂ ਤੁਹਾਡੇ 'ਤੇ ਦੇਖ ਲਓ ਵੀ ਤੁਸੀਂ ਕਹਿੰਦੇ ਕਿੱਦਾਂ ਸੱਸ ਨਨਾਣ ਦੀ ਜਾਂ ਨਨਾਣ ਭਰਜਾਈ ਦੀ ਕਿੱਦਾਂ ਵੱਜਦੀ ਰਹਿੰਦੀ ਆ ਤਾਂ ਹੁਣ ਦੇਖ ਲਓ ਇਹ ਗੱਲਾਂ ਨਿਕਲੀਆਂ ਸਹੁਰੇ ਦੇ ਜੇਠ ਦੀਆਂ ਗੱਲਾਂ ਨਿਕਲੀਆਂ ਹੁਣ ਕਿੱਧਰ ਨੂੰ ਗੱਲ ਗਈ ਆ ਦੇਖ ਲਓ ਬਦਲ ਜਾਂਦੀ ਗੱਲ ਹੈ ਨਾ ਫਿਰ ਇੱਕ ਫੈਮਿਲੀ 'ਚ ਹੁਣ ਦੇਖ ਲਓ ਲੜਾਈ ਤਾਂ ਹੁੰਦੀ ਰਹਿੰਦੀ ਆ ਕੋਈ ਕਿਸੇ ਨੂੰ ਮਾੜਾ ਕਹਿੰਦਾ ਕੋਈ ਕਿਸੇ ਨੂੰ ਕਹਿੰਦਾ ਅਤੇ ਗੱਲਾਂ ਤਾਂ ਇਹ ਉੱਦਾਂ ਵੀ ਬਣੀਆਂ ਆ ਤਾਂ ਜੁੱਤੀ ਵੱਜਦੀ ਵੀ ਰਹਿੰਦੀ ਆ ਇਹ ਵੀ ਹੈਗੀ ਗੱਲ ਹੈ ਨਾ ਜੁੱਤੀ ਨਾ ਵੱਜੇ ਫਿਰ ਠੀਕ ਰਹਿੰਦਾ ਉਹ ਤਾਂ ਜ਼ਿਆਦਾ ਵਧੀਆ ਹੈ ਜੇ ਨਾ ਵੱਜੇ ਪਰ ਵੱਜਦੀ ਰਹਿੰਦੀ ਆ ਵੱਜ ਪੈਂਦੀ ਆ ਜੀ ਹਾਂ ਅਸੀਂ ਜਾਂਦੇ ਹੁਣ ਕਾਲ ਵਾਲ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਤਾਂ ਕਿੱਥੋਂ ਬੋਲ ਰਿਹਾ ਜੀ ਜੀ ਹਾਂਜੀ ਸਰਬਜੀਤ ਬੋਲਦੇ ਆ ਜੀ ਬਿਲਨ ਹਾਲ ਤੋਂ ਜੀ ਕਿੱਦਾਂ ਠੀਕ ਹੈ ਜੀ ਤੁਸੀਂ ਜੀ ਠੀਕ ਹੈ ਸਵਾਗਤ ਹੈ ਤੁਹਾਡਾ ਸਰਬਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਕੁਛ ਨਹੀਂ ਜੀ ਪ੍ਰੋਗਰਾਮ ਬਹੁਤ ਵਧੀਆ ਬਹੁਤ ਸੋਹਣੇ ਲੱਗਦੇ ਆ ਜੀ ਥੈਂਕ ਯੂ ਜੀ ਠੀਕ ਹੈ ਜੀ ਠੀਕ ਹੈ ਹੋਰ ਸੁਣਾਓ ਪਰਿਵਾਰ ਠੀਕ ਸਭ ਹੋਰ ਕਿਦਾਂ ਸਾਰੀ ਫੈਮਿਲੀ ਠੀਕ ਠਾਕ ਜੀ ਸਭ ਠੀਕ ਠਾਕ ਹੈ ਜੀ ਬਹੁਤ ਵਧੀਆ ਬੋਲੀਆਂ ਬੜੀਆਂ ਸੋਹਣੀਆਂ ਪਾਈਆਂ ਲਿਆ ਦੇ ਚੰਬਾ ਬਹੁਤ ਵਧੀਆ ਗਾਇਆ ਤੁਹਾਡੇ ਨਾਲ ਵਧੀਆ ਨਹੀਂ ਮੈਨੂੰ ਗਾਣਾ ਆਉਂਦਾ ਠੀਕ ਹੈ ਠੀਕ ਹੈ ਸਾਰੇ ਠੀਕ ਹੈ ਆਪੋ ਸਾਰੇ ਠੀਕ ਹੈ ਆਪੋ ਆਪਣੀ ਤਾਂ ਹੀ ਨਹੀਂ ਨਹੀਂ ਬਹੁਤ ਵਧੀਆ ਤੁਸੀਂ ਵੀ ਲੈ ਆਓ ਜੀ ਕੀ ਲੈ ਕੇ ਆਏ ਆ ਤੇ ਬਾਕੀ ਆਪਣੇ ਮਾਮ ਨੂੰ ਕਹੋ ਜੀ ਲੈ ਆਓ ਬੋਲੀਆਂ ਘੋੜੀਆਂ ਹਾਂਜੀ ਹਾਂਜੀ ਆ ਮਾਮ ਸੁਣਾਉਣਗੇ ਜੀ ਤੁਹਾਨੂੰ ਲਓ ਜੀ ਆ ਕਰ ਲਓ ਤੁਸੀਂ ਵੀ ਸੁਣਾਓ ਕੁਛ ਹੈਲੋ ਜੀ ਜੈ ਗੁਰਦੇਵ ਜੀ ਧੰਨ ਗੁਰੂਦੇਵ ਜੀ ਕਿੱਦਾਂ ਠੀਕ ਹੈ ਜੀ ਤੁਸੀਂ ਹਾਂਜੀ ਠੀਕ ਠਾਕ ਹੈ ਤੁਸੀਂ ਸੁਣਾਓ ਠੀਕ ਆ ਠੀਕ ਹੈ ਜੀ ਗੁਰਬਖਸ਼ ਜੀ ਆਪਣਾ ਸੁਣਾਓ ਜੀ ਅੱਛਾ ਜੀ ਤੇ ਮੈਂ ਘੋੜੀ ਗਾਉਂਗੀ ਮਰ ਜੇ ਲੈ ਆਓ ਜੀ ਘੋੜੀ ਅੱਛਾ ਬੀਰਾ ਚੰਨਣ ਮੰਨਣ ਵਾਲੀ ਰਾਤ ਤਾਰਾ ਸਿਖਰ ਗਿਆ ਅਵੀਰਾ ਚੰਨਣ ਮੰਨਣ ਵਾਲੀ ਰਾਤ ਤਾਰਾ ਸਿਖਰ ਗਿਆ ਵੀਰਾ ਕਿੱਥੇ ਵੇ ਜਾਰੀ ਸਾਰੀ ਰਾਤ ਪੈਣਾ ਨੂੰ ਫਿਕਰ ਪਿਆ ਵੀਰਾ ਕਿੱਥੇ ਵੇਗ ਜਾਰੀ ਸਾਰੀ ਰਾਤ ਪੈਣਾ ਨੂੰ ਫਿਕਰ ਪਿਆ
कहने गया सी मैं पादे जी दे पास पत्तरी गलाने नू कहने गया सी मैं पादे जी दे पास पत्तरी गलाने नू दीरा पत्तरी खलावे माई बाप तैनू काला फिकर पिया दीरा पत्तरी खलावे माई बाप तैनू काला फिकर पिया दीरा चन्न मन बाईरा तारा शिखर गया दीरा इथे वे गजारी सारी रात पैना नू फिकर पिया कहने गया सिस न्यारे जी दे पास गहने बनाने नू पैने गया सिस न्यारे जी दे पास गहने बनाने नू दीरा गहने बे मनावे माई बाप तैनू काला फिकर पिया दीरा गहने बे मनावे माई बाप तैनू काला फिकर पिया जी बहुत वधिया दीरा चन्न मनन बाई रात तारा शिखर गया दीरा जन्न मन बाई रात तारा शिखर गया बीरा किथे वे गजारी सारी रात पैना नू फिकर पिया बीरा किथे वे गजारी सारी रात पैना नू फिकर पिया बहुत वधिया जी बहुत वधिया सी मैं मोची जी दे पास जोड़ा समाने नू पैने आसी मैं मोची जी दे पास जोड़ा समाने नू बीरा जोड़ा वे समावे तेरा मामा तैनू काला फिकर पिया बीरा जोड़ा वे समावे तेरा मामा तैनू काला फिकर पिया जय गुरुदेव धन गुरुदेव जी ए सी गुरबख्श कौर जी अपनी घोड़ी गा के गई तो अपने सरबजीत हुणी तां पता नहीं अपना फोन कट्ट ही दिता कि आऊगे पता नहीं हजे तो बहुत सोहना गा के गए आ चंगी भारी आवाज नाल गा के गए हाँ सही जिदा गाते होंगे उदा ही गाया हाँ जी इदा ही गाते होंगे जी हाँ जी वधिया है ना असीं तां इदा ही सुने इदा ही है मैं जिदा साफ आवाज ना भारी ना जिदा वधिया जिहा गाया हाँ जी है ना गीत लिखण वालिया ने मां बाप नूं जिदा फिक्र हुंदा गहणिया दा वे की कुछ करना हैगा सारा कुछ जिदा ना इदां दीआं गल्लां बातां जिहड़ियां हैगियां भई कमाल दी हैगी एक गलबात जी जी जिदा स्टोरी एक बन जाती हैगी है स्टोरी है फिर जे लिखण वालिआं दे हलो दिमाग च किद्दां आउंदियां है ना लिखिया भी नहीं है जी स्टोरिया है हम लिखिया है बहुत पुराने गीत चंद कसाला दिया कोई लिखते जो पहला बनिया उन्होंने तो लिखते हैं पर इदा नहीं है पहला नहीं लिखी हुआ जो अस देखते हैं जो तो अस गीत गाउंदी आ फिर हुण असीं जांदे कोल वल हेलो जी हेलो जी हेलो जी जय गुरुदेव जी धन गुरुदेव जी कौन तक कितों बोल रहे जी मैं कमलेश बोल दी लंदन तो बोल दी जी
ਸਾਰੀ ਦੁਨੀਆ ਨੂੰ ਸਾਰੇ ਜਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਨਾਲੇ ਮੇਰੀ ਫਰੈਂਡ ਹਰਜੀਤ ਕੌਰ ਸ਼ੀਮਾਰ ਓਹਦੇ ਮੁੰਡੇ ਦਾ ਵਿਆਹ ਹੈ ਵੀਕੈਂਡ ਤੇ। ਅੱਛਾ, ਮੈਂ ਬਸ ਛੋਟੀ ਜੀ ਇੱਕ ਅੰਗਣ ਖੇਲੀ ਨੀ ਸੋਨੇ ਦੇ ਕੰਗਣਾ ਵਾਲਿਆ, ਜੀ ਮੇਰੇ ਅੰਗਣ ਖੇਲੀ ਜੀ ਸੋਨੇ ਦੇ ਕੰਗਣਾ ਵਾਲਿਆ, ਜੀ ਤੂੰ ਕਿਹੜਾ ਪੋਤਾ ਜੀ ਤੂੰ ਕਿਹਦੇ ਬੇੜੇ ਜਾਵਣਾ, ਜੀ ਤੂੰ ਕਿਹੜਾ ਪੋਤਾ ਜੀ ਤੂੰ ਕਿਹਦੇ ਬੇੜੇ ਜਾਵਣਾ, ਜੀ ਮੈਂ ਬਾਬੇ ਪੋਤਾ ਜੀ ਦਦੇ ਔਰੇ ਵੇੜੇ ਜਾਵਣਾ, ਜੀ ਮੈਂ ਬਾਬੇ ਪੋਤਾ ਜੀ ਦਦੇ ਔਰੇ ਵੇੜੇ ਜਾਵਣਾ, ਜੀ ਮੇਰੇ ਅੰਗਣ ਖੇਲੀ ਜੀ ਸੋਨੇ ਦੇ ਕੰਗਣਾ ਵਾਲਿਆ, ਜੀ ਮੇਰੇ ਅੰਗਣ ਖੇਲੀ ਵੇ ਸੋਨੇ ਦੇ ਕੰਗਣਾ ਵਾਲਿਆ, ਜੀ ਤੂੰ ਕਿਹਦਾ ਬੇਟਾ ਜੀ ਤੂੰ ਕਿਹਦੇ ਬੇੜੇ ਜਾਵਣਾ, ਜੀ ਤੂੰ ਕਿਹਦਾ ਬੇਟਾ ਜੀ ਤੂੰ ਕਿਹਦੇ ਬੇੜੇ ਜਾਵਣਾ, ਜੀ ਮੈਂ ਬਾਬਲ ਬੇਟਾ ਜੀ ਮੈਂ ਸਹੁਰੇ ਵੇੜੇ ਜਾਵਣਾ, ਜੀ ਮੈਂ ਬਾਬਲ ਬੇਟਾ ਜੀ ਮੈਂ ਸਹੁਰੇ ਵੇੜੇ ਜਾਵਣਾ, ਜੀ ਮੇਰੇ ਅੰਗਣ ਖੇਲੀ ਜੀ ਸੋਨੇ ਦੇ ਕੰਗਣਾ ਵਾਲਿਆ, ਜੀ ਮੇਰੇ ਅੰਗਣ ਖੇਲੀ ਜੀ ਸੋਨੇ ਦੇ ਕੰਗਣਾ ਵਾਲਿਆ, ਜੀ ਤੂੰ ਕਿਹਦਾ ਭਤੀਜਾ ਜੀ ਤੂੰ ਕਿਹਦੇ ਬੇੜੇ ਜਾਵਣਾ, ਜੀ ਤੂੰ ਕਿਹਦਾ ਭਤੀਜਾ ਜੀ ਤੂੰ ਕਿਹਦੇ ਵੇੜੇ ਜਾਵਣਾ, ਜੀ ਮੈਂ ਚਾਚੇ ਭਤੀਜਾ ਜੀ ਪਤੇ ਔਰੇ ਵੇੜੇ ਜਾਵਣਾ, ਜੀ ਮੈਂ ਚਾਚੇ ਭਤੀਜਾ ਜੀ ਜੀ ਮੈਂ ਪਤੇ ਔਰੇ ਵੇੜੇ ਜਾਵਣਾ, ਜੀ ਬਹੁਤ ਵਧੀਆ, ਜੀ ਮੇਰੇ ਆਂਗਣ ਖੇਲੀ ਜੀ ਸੋਨੇ ਦੇ ਕੰਗਣਾ ਵਾਲਿਆ, ਜੀ ਮੇਰੇ ਅੰਗਣ ਖੇਲੀ ਜੀ ਸੋਨੇ ਦੇ ਕੰਗਣਾ ਵਾਲਿਆ, ਬਸ ਜੀ ਇੰਨਾ ਕਿ ਮੈਂ ਹੁਣ ਦੱਸ ਸਕਦੀ ਹਾਂ, ਬਹੁਤ ਲੰਬਾ ਆ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੀ, ਵਿਆਹ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਜਨਮ ਅਸ਼ਟਮੀ ਵਾਲਿਆਂ ਨੂੰ, ਸਾਡੇ ਲੰਡਨ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਜੀ ਥੈਂਕ ਯੂ ਤੁਹਾਡਾ, ਬਹੁਤ ਜੀ ਪਹੁੰਚ ਗਈਆਂ ਵਧਾਈਆਂ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ, ਬਹੁਤ ਵਧੀਆ ਗਾਇਆ ਤੁਸੀਂ, ਘੋੜੀ ਬਹੁਤ ਵਧੀਆ ਸੀਗੀ ਤਾਂ, ਬਹੁਤ ਵਧੀਆ ਗਾਈ ਤੁਸੀਂ ਬਹੁਤ ਮਿੱਠੀ ਆਵਾਜ਼ ਦੇ ਨਾਲ, ਅਤੇ ਬਹੁਤ ਵਧੀਆ ਲੱਗਾ ਸਾਨੂੰ ਜੀ। ਹਾਂਜੀ ਵਿਆਹ ਸੀਗਾ ਨਾ, ਹਾਂਜੀ ਉਹਨਾਂ ਦੇ ਹੈਗਾ ਵਿਆਹ ਸੱਜੜੇ ਨੂੰ, ਹਾਂਜੀ ਅਤੇ ਉਹਦੇ ਲਈ ਉਹਨਾਂ ਨੇ ਉਹਨਾਂ ਦੇ ਆਪਣੇ ਫਰੈਂਡ ਦੇ ਬੇਟੇ ਲਈ ਗਾਇਆ, ਹਰਜੀਤ ਕੌਰ ਸ਼ੀਮਾਰ ਉਹਨਾਂ ਦੇ ਬੇਟੇ ਦਾ ਹੈਗਾ ਸੀ ਇਹ, ਕਹਿੰਦੇ ਵਿਆਹ ਹੈਗਾ, ਸ਼ਾਦੀ ਹੈਗੀ ਆ, ਹਾਂਜੀ ਹਾਂਜੀ, ਤੇ ਉਹਨੂੰ ਚਾਹ ਸੀਗਾ, ਉਹਨੇ ਗਾਇਆ ਜੀ ਫਰੈਂਡ ਦੇ ਬੇਟੇ ਦਾ ਵਿਆਹ ਕਰਕੇ ਜੀ। ਇਹ ਘੋੜੀ ਸੀ ਆਹ ਜਿਹੜੀ ਸੀ, ਹਾਂਜੀ ਘੋੜੀ ਸੀ ਬੇਟੇ ਦੇ ਵਿਆਹ ਦੀ, ਅੱਛਾ ਬਹੁਤ ਸੋਹਣੀ ਸੀਗੀ, ਠੀਕ ਹਾਂਜੀ ਜੀ। ਹੈਲੋ ਜੀ,
ਹੈਲੋ ਜੀ ਜਾਗਰਦੇਵ ਜੀ ਧੰਨ ਗੁਰਦੇਵ ਜੀ ਕੌਣ ਤਾਂ ਕਿੱਥੋਂ ਬੋਲ ਰਿਹਾ ਜੀ ਮੈਂ ਚਰਨ ਕੌਰ ਬੋਲਦੀ ਮਿਲਣਹਾਰ ਤੋਂ ਹਾਂਜੀ ਸਵਾਗਤ ਹੈ ਚਰਨ ਕੌਰ ਜੀ ਕੀ ਕਹਿਣਾ ਚਾਹੁੰਦੇ ਗੁਰਦੇਵ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਦੋਨਾਂ ਨੂੰ ਥੈਂਕ ਯੂ ਜੀ ਤੇ ਮੈਂ ਕਿਹਾ ਸਿਹਤ ਤਾਂ ਇਦਾਂ ਦੀ ਹੈ ਚਲੋ ਹਿੱਸਾ ਪਾ ਲੈਂਦੇ ਆ ਨਹੀਂ ਪਾਉਣਾ ਚਾਹੀਦਾ ਜ਼ਰੂਰ ਜੀ ਸਿਹਤ ਠੀਕ ਹੋ ਜਾਵੇ ਆਵਾਜ਼ ਨਹੀਂ ਠੀਕ ਹੈ ਨਾ ਹਾਂਜੀ ਤੇ ਮੈਨੂੰ ਵੀ ਜਿੱਦਾਂ ਗਾਉਣ ਨਾਲੇ ਮੈਨੂੰ ਵੀ ਥੋੜ੍ਹਾ ਲੱਗਦਾ ਪਰ ਉਹ ਮੇਰੀ ਆਵਾਜ਼ ਨਹੀਂ ਹੈਗੀ ਹਾਂਜੀ ਤੇ ਮੈਂ ਉਹਨੂੰ ਭਰਾ ਨੂੰ ਕਹਿਣਾ ਸੀ ਹਾਂਜੀ ਇਹ ਤਾਂ ਗਾਉਂਦੇ ਬਹੁਤ ਸੋਹਣਾ ਕਿਹੜੇ ਆ ਜਿਹੜੇ ਬੈਠੇ ਤੁਸੀਂ ਹਾਂਜੀ ਇਹ ਬਹੁਤ ਵਧੀਆ ਗਾਉਂਦੇ ਆ ਅੱਛਾ ਜੀ ਬਹੁਤ ਵਧੀਆ ਗਾ ਲੈਂਦੇ ਆ ਨਾਇਸ ਕਰਦੇ ਬਹੁਤ ਹੀ ਵਧੀਆ ਚਲੋ ਮੈਂ ਜਿਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦੀ ਹਾਂ ਜਿਹਨਾਂ ਦੇ ਘਰਾਂ ਦੇ ਵਿੱਚ ਹੈਗਾ ਆ ਹਾਂਜੀ ਮੈਂ ਟਾਈਮ ਨਹੀਂ ਲੈਂਦੀ ਜ਼ਿਆਦਾ ਹਾਂਜੀ ਤੁਸੀਂ ਵਿਆਹ ਵਾਲਿਆਂ ਦੀਆਂ ਗੱਲਾਂ ਬਾਤਾਂ ਕਰਦੇ ਆ ਜੀ ਜੀ ਤੇ ਮੈਂ ਆਪਣੇ ਗੁਰੂ ਨਾਨਕ ਜੀ ਦੇ ਵਿਆਹ ਦਾ ਗਾ ਦਿੰਦੀ ਹਾਂ ਜੀ ਜੀ ਗਾ ਦਿਓ ਜੀ ਸਾਡੇ ਤਾਂ ਵਿਹੜੇ ਜੰਜ ਨਾਨਕ ਦੀ ਆਈ ਹੈ ਜੀ ਅਸਾਂ ਤਾਂ ਡਿੱਠਿਆ ਮੁੰਡਾ ਰੂਪੇ ਅਲਾਹੀ ਹੈ ਹਾਂਜੀ ਸਾਡੇ ਤਾਂ ਵਿਹੜੇ ਜੰਜ ਨਾਨਕ ਦੀ ਆਈ ਆ ਅਸੀਂ ਤੇ ਸੁਣਿਆ ਮੁੰਡਾ ਰੂਪੇ ਅਲਾਹੀ ਆ ਮੁੱਖ ਤਾਂ ਡਿੱਠਾ ਅਸੀਂ ਨਹੀਂ ਦੇ ਲਾੜੇ ਆ ਸੇਰਾ ਹਟਾ ਕੇ ਜਰਬੇ ਪਾਦੇ ਨੂੰ ਸੁਣਿਆ ਮੁੰਡਾ ਆਇਆ ਪੈੜਾ ਕੇ ਬਣ ਗਿਆ ਗੰਗਾ ਅੱਜ ਸਾਡੇ ਕੋਲ ਆ ਕੇ ਗੱਲ ਤਾਂ ਆਉਂਦੀ ਕੋਈ ਨਹੀਂ ਦੇ ਲਾੜੇ ਆ ਖਾਂਦਾ ਚਪੇੜਾ ਨਾ ਤੂੰ ਰਹੀ ਸਾਡੇ ਤਾਂ ਵਿਹੜੇ ਜੰਜ ਨਾਨਕ ਦੀ ਆਈ ਆ ਅਸਾਂ ਤਾਂ ਸੁਣਿਆ ਮੁੰਡਾ ਰੂਪੇ ਅਲਾਹੀ ਆ ਮੁੱਕ ਤਾਂ ਡਿੱਠਾ ਅਸੀਂ ਨਹੀਂ ਲੋਕੀ ਤਾਂ ਆਖਣ ਮੁੰਡਾ ਰੂਪੇ ਅਵਤਾਰ ਦਾ ਅਸਾਂ ਤਾਂ ਸੁਣਿਆ ਮੁੰਡਾ ਮੱਝੀਆਂ ਚਾਰ ਦਾ ਕਾਲੀਆਂ ਬੂਰੀਆਂ ਨਹੀਂ ਬੇਲਾੜਿਆ ਸੇਰਾ ਹਟਾ ਕੇ ਜਰ ਦੇਈ ਅਸਾਂ ਤਾਂ ਸੁਣਿਆ ਮੁੰਡਾ ਅਸੀਂ ਤਾਂ ਸੁਣਿਆ ਇਹਦੇ ਨਾਗ ਵੀ ਯਾਰ ਨੇ ਖੰਭ ਖਿਲਾਰਿਓ ਨੂੰ ਕਰਦੇ ਨੇ ਸ਼ਾਮਾਂ ਜਾਦੂਗਰਾਂ ਤੋਂ ਘੱਟ ਨਹੀਂ ਬੇਲਾੜਿਆ ਜਾਦੂ ਨਾ ਕਰ ਕੋਈ ਦੇ ਸਾਡੇ ਤਾਂ ਅਸਾਂ ਤਾਂ ਸੁਣਿਆ ਮੁੰਡਾ ਬਣਿਆ ਵਪਾਰੀ ਏ ਅਸਾਂ ਤਾਂ ਸੁਣਿਆ ਮੁੰਡਾ ਰੂਪੇ ਮੁੰਡਾ ਵਪਾਰੀ ਏ ਰਸ ਖੋਆ ਕੇ ਆਇਆ ਸਾਨੂੰ ਅਨੁਸਾਰੀ ਏ ਐਸਾ ਵਪਾਰੀ ਡਿੱਠਾ ਨਹੀਂ ਬੇਲਾੜਿਆ ਐਸਾ ਵਪਾਰੀ ਡਿੱਠਾ ਨਹੀਂ ਬੇਲਾੜਿਆ ਖਾਂਦਾ ਚਪੇੜਾ ਨਾ ਤੂੰ ਰਹੀ ਜੀ ਬਹੁਤ ਵਧੀਆ ਜੀ ਚੱਜ ਦੀ ਜੰਜ ਲੈ ਕੇ ਆਇਆ ਨਾ ਲਾੜਿਆ ਚੱਜ ਦੀ ਜੰਜ ਲੈ ਕੇ ਆਇਆ ਨਾ ਲਾੜਿਆ ਭੁੱਖਾਂ ਦਾ ਮਾਰਿਆ ਮਰਦਾਨਾ ਏ ਨਾਲੇ ਭੁੱਖਾਂ ਦਾ ਮਾਰਿਆ ਮਰਦਾਨਾ ਏ ਨਾਲੇ ਚੱਜ ਦੀ ਜੰਜ ਨਹੀਂ ਹੈ ਸੋਰੀ ਹੈ ਨਾ ਮੇਰਾ ਥੈਂਕ ਯੂ ਜੀ ਥੈਂਕ ਯੂ ਕੋਈ ਨਹੀਂ ਜੀ ਬਹੁਤ ਵਧੀਆ ਜਿੰਨਾ ਤੁਸੀਂ ਗਾਇਆ ਆ ਦੋ ਟੱਪੇ ਰਹਿੰਦੇ ਸੀਗੇ ਨਹੀਂ ਕੋਈ ਨਹੀਂ ਠੀਕ ਹੈ ਜੀ ਥੈਂਕ ਯੂ ਤੁਹਾਨੂੰ ਪਤਾ ਸੀ ਨਾਲੇ ਸਿਹਤ ਨਹੀਂ ਠੀਕ ਹੈਗੀ ਥੈਂਕ ਯੂ ਤੁਹਾਡਾ ਬਾਤ ਕਰਨਾ ਬਹੁਤ ਬਹੁਤ ਤੁਹਾਡਾ ਕਰਦੀ ਜੀ ਨਹੀਂ ਥੈਂਕ ਯੂ ਜੀ ਹਾਂਜੀ ਤੇ ਉੱਤੇ ਸ਼ੌਂਕੇ ਬਣ ਜਾਂਦੇ ਚਲੋ ਮਣ ਜਾ ਕੁਝ ਕਹਿ ਲੈਂਦੇ ਆ ਨਾ ਨਹੀਂ ਚਲੋ ਠੀਕ ਹੈ ਜੀ ਬਹੁਤ ਤੁਸੀਂ ਸਜਦੇ ਆ ਬੈਠੇ ਸ਼ੁਕਰ ਆ ਤੁਹਾਡਾ ਥੈਂਕ ਯੂ ਤੁਹਾਡਾ ਆਸਰੇ ਬਹੁਤ ਦੁਨੀਆ ਨੂੰ ਨਾ ਅਕਲ ਆ ਗਈ ਹੈ ਇਹ ਜਿਹੜਾ ਤੁਸੀਂ ਚੱਕਿਆ ਐਡਾ ਵੱਡਾ ਨਾ ਜੀ ਬਹੁਤ ਜ਼ਿਆਦਾ ਵੱਡਾ ਹੈ ਤੁਹਾਡੇ ਧੰਨਵਾਦ
ਬਹੁਤ ਹੀ ਕਾਂਚੀ ਨੂੰ ਸਾਰੇ ਉਦਾਂ ਨੇ ਸਾਡੇ ਵਰਗਾ ਟੁੱਟਿਆ ਭੱਜਿਆ ਨੂੰ ਗੱਲਾਂ ਸੁਣਨੇ ਨੂੰ ਮਿਲਦੀਆਂ ਆ, ਫਿਰ ਆਪਾਂ ਸੁਣੀਦਾ ਆ, ਸਾਨੂੰ ਦੁੱਖਾਂ ਤਕਲੀਫਾਂ ਚੋਂ ਥੋੜਾ ਚਿਰ ਬਾਹਰ ਹੋ ਜਾਈਦਾ ਆ, ਖੁਸ਼ ਰਹੋ ਸਦਾ ਹੀ ਬਾਲ ਰਹੋ ਤੇ ਧੰਨ ਤੁਸੀਂ ਵੀ ਜੀ ਤੰਦਰੁਸਤ ਰਹੋ ਤੇ ਤੁਸੀਂ ਵੀ ਸੁਣਦੇ ਰਹੋ, ਭੈਣਾਂ ਕੋਈ ਬਾਏ ਬਾਏ, ਥੈਂਕ ਯੂ ਜੀ ਬਾਏ। ਇਹ ਸੀ ਚਰਨ ਕੌਰ ਜੀ, ਦੇਖੋ ਸਿਹਤ ਨਾ ਠੀਕ ਹੁੰਦੇ ਆ ਕਰ ਹੁਣ ਕਰਕੇ ਵੀ ਜਿੱਦਾਂ ਉਹਨਾਂ ਨੂੰ ਚਾਅ ਹੈਗਾ ਗਾਉਣ ਦਾ ਤਾਂ ਫਿਰ ਵੀ ਉਹਨਾਂ ਨੇ ਗਾਇਆ, ਸਿਹਤ ਨਹੀਂ ਠੀਕ ਹੈਗੀ। ਬਹੁਤ ਪੁਰਾਣੇ ਸੀ ਇਹ ਗਾਣਾ, ਹਾਂਜੀ ਇਹ ਸੀਗਾ ਗੁਰੂ ਨਾਨਕ ਜੀ ਛੋਟੇ ਹੁੰਦੇ ਸੁਣਦੇ ਆ ਰਹੇ ਇਹ ਗਾਣਾ ਜੀ, ਬਹੁਤ ਵਧੀਆ ਸੀ ਇਹ ਗਾਣਾ, ਗੁਰੂ ਨਾਨਕ ਸਾਹਿਬ ਦੀ ਘੋੜੀ ਜੀ, ਉਹਨਾਂ ਦੇ ਵਿਆਹ ਦੀਆਂ ਘੋੜੀਆਂ ਜਿਹੜੀਆਂ ਸੀਗੀਆਂ, ਹਾਂਜੀ 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 ਵਿਆਹ ਤਾਂ ਸੀ ਅਤੇ ਉੱਦਾਂ ਬਈ ਇੱਦਾਂ ਘਰ 'ਚ ਬੈਠੇ ਜਿਹੜੇ ਦੇਖਦੇ ਆ ਕਈਆਂ ਨੂੰ ਗਾਉਣਾ ਤਾਂ ਆਉਂਦਾ ਹੁੰਦਾ ਆ, ਪਰ ਕਈ ਤਾਂ ਉੱਠ ਕੇ ਫੋਨ ਘੁਮਾ ਦਿੰਦੇ ਤਾਂ ਗਾ ਲੈਂਦੇ ਆ, ਕਈ ਫਿਰ ਸੋਚਦੇ ਰਹਿ ਜਾਂਦੇ ਆ ਹੈ ਨਾ, ਅਤੇ ਜਿਹਨਾਂ ਚਾਅ ਆਉਂਦਾ ਪਰ ਉਹ ਗਾ ਹੀ ਲੈਂਦੇ ਆ ਉੱਠ ਕੇ, ਹੈ ਨਾ। ਅਤੇ ਉਹ ਤਾਂ ਫਿਰ ਇੱਦਾਂ ਗੱਲ ਹੁੰਦੀ ਨਾ ਬਈ ਜਿੱਦਾਂ ਕਹਿੰਦੇ ਬਈ ਉਹ ਤਾਂ ਬਲ ਬਲ ਉੱਠਦੀਆਂ, ਹਾਂਜੀ ਪਰ ਜੇ ਗਾਉਣ ਨੂੰ ਰੂਹ ਕਰਦੀ ਆ ਉਹਦਾ ਤਾਂ ਕਹਿੰਦਾ ਬਈ ਕਿਤੇ ਮੈਨੂੰ ਮੌਕਾ ਮਿਲੇ ਸਟੇਜ ਤੇ, ਮੌਕਾ ਮਿਲੇ ਕਿਤੇ ਮੈਂ ਘਰਾਂ ਕਰ ਵਾ, ਤੇ ਕਈ ਤਾਂ ਹੁਣ ਘਰ ਚ ਉੱਚੀ ਉੱਚੀ ਗਾ ਲੈਂਦੇ, ਹਾਂਜੀ ਕਈ ਗਾਉਂਦੇ ਰਹਿੰਦੇ ਘਰਾਂ ਚ, ਕਈ ਬਾਥਰੂਮ ਚ ਗਾਉਂਦੇ ਸਾਰੇ ਪਰਿਵਾਰ ਤੋਂ ਓਲੇ ਗਾਉਣਾ ਹੁੰਦਾ, ਉਹ ਫਿਰ ਪਾਣੀ ਦੇ ਖੜਾਕੇ ਗਾਈ ਜਾਂਦੇ, ਉਹ ਵੀ ਠੀਕ ਹੈ ਪਾਣੀ ਦੇ, ਆ ਵੀ ਨਵੀਂ ਗੱਲ ਸੁਣੀ ਮੈਂ ਪਾਣੀ ਦੇ ਖੜਾਕੇ ਨਾ ਗਾਉਂਦੇ ਜੀ, ਦੱਸਦੇ ਹੁੰਦੇ ਕਈ ਕਹਿੰਦੇ ਅਸੀਂ ਤਾਂ ਬਾਥਰੂਮ ਸਿੰਗਰ ਸੁਣਿਆ ਹੋਣਾ ਤੁਸੀਂ, ਕਿੰਨੇ ਕਹਿੰਦੇ ਹੁੰਦੇ ਬਾਥਰੂਮ ਸਿੰਗਰ ਆ, ਹਾਂ ਉਦੋਂ ਤਾਂ ਲੋਕ ਰੱਬ ਦਾ ਨਾਮ ਵੀ ਬਹੁਤ ਲੈਂਦੇ ਆ ਆਪੇ ਯਾਦ ਆ ਜਾਂਦਾ ਸਿਰ ਚ ਪੈਂਦਾ ਪਾਣੀ, ਠੀਕ ਆ ਹੁਣ ਬਦਲਿਆ ਸਾਰਾ ਕੁਛ ਜੀ, ਬਦਲੀ ਜਾਂਦਾ ਸਾਰਾ ਕੁਛ, ਮੈਂ ਹੁਣ ਇੱਕ ਗੀਤ ਤੁਸੀਂ ਤਾਂ ਨੀ ਕੁਛ ਕਹਿਣਾ ਜੀ, ਨਹੀਂ ਠੀਕ ਆ ਇੱਕ ਮਿੰਟ ਦੇ ਦਿਓ ਫਿਰ ਉਹਦੇ ਉੱਤੇ ਅਖੀਰਲੀ ਗੱਲ ਮੈਂ ਕਰ ਦੂੰਗਾ, ਤੁਸੀਂ ਨੱਠ ਨੱਠ ਕੇ ਕਰਨੀ ਆ ਪਹਿਲੇ ਟਾਈਮ ਲੈ ਲੈ ਜੇ ਲੈਣਾ, ਨਹੀਂ ਅਜੇ ਟਾਈਮ ਹੈਗਾ ਥੋੜ੍ਹਾ ਬਹੁਤ, ਅਜੇ ਚੱਲਿਆ ਤਾਂ ਮੈਂ ਕਰ ਦੂੰਗਾ ਗੱਲ ਥੋੜ੍ਹੀ ਜਿਹੀ, ਮੈਂ ਕਰ ਦਿੰਦੀ ਬਸ ਉਹ ਮੈਂ ਥੋੜ੍ਹੀ ਜਿਹੀ, ਹਾਂਜੀ ਹਾਂਜੀ ਸਰ ਜੀ ਕਾਲ ਆ ਕਹਿੰਦੇ, ਹਾਂਜੀ ਹੁਣ ਅਸੀਂ ਜਾਂਦੇ ਕਾਲ ਵੱਲ, ਹੈਲੋ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਤਾਂ ਕਿੱਥੋਂ ਬੋਲ ਰਹੇ, ਮੇਰਾ ਨਾਮ ਰੋਸ਼ਨ ਸਿੰਘ ਹੈ, ਮੈਂ ਲੰਡਨ ਈਸਟ ਲੰਡਨ ਤੋਂ ਟੈਲੀਫੋਨ ਕਰ ਰਿਹਾ ਤੁਹਾਨੂੰ ਜੀ, ਕੀ ਨਾਮ ਜੀ, ਕੀ ਨਾਮ ਜੀ, ਰੋਸ਼ਨ ਸਿੰਘ ਈਸਟ ਲੰਡਨ ਤੋਂ, ਠੀਕ ਹੈ ਜੀ ਰੋਸ਼ਨ ਸਿੰਘ ਜੀ, ਹਾਂਜੀ ਤੁਹਾਡੇ ਸਾਹਮਣੇ ਲੈ ਰਿਹਾ, ਸਵਾਗਤ ਹੈ ਵੀਰ ਜੀ, ਕੀ ਕਹਿਣਾ ਚਾਹੁੰਦੇ ਤੁਸੀਂ, ਮੈਂ ਬਹੁਤ ਖੁਸ਼ ਹਾਂ ਜੇ ਸ਼ਬਦ ਤੁਹਾਡੇ ਪ੍ਰੋਗਰਾਮ ਸੁਣ ਰਿਹਾ, ਹਾਂਜੀ ਜੇ ਤੁਸੀਂ ਹੁਕਮ ਕਰੋ ਤੇ ਮੈਂ ਵੀ ਇੱਕ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣਾ ਦਿਆਂ ਤੁਹਾਨੂੰ, ਹੁਕਮ ਅਸੀਂ ਕਰਨਾ ਕਿੱਥੇ ਜੀ, ਅਸੀਂ ਤਾਂ ਬੇਨਤੀ ਕਰਦੇ ਤੁਹਾਨੂੰ, ਮੈਂ ਤੁਹਾਨੂੰ ਸੁਣਾਵਾਂਗਾ ਮੈਨੂੰ ਸ਼ੌਂਕ ਹੈ, ਸੁਣਾਓ ਜੀ ਸੁਣਾਓ, ਇਸ ਵੇਲੇ ਦੀ ਗੱਲ ਹੈ ਜਦੋਂ ਬੇਬੇ ਨਾਨਕੀ ਰੋਟੀ ਪਕਾ ਰਹੀ ਸੀ ਨਾ ਜੀ, ਤੇ ਉਸ ਵੇਲੇ ਅੱਛਾ ਬਲ ਦੀ ਅੱਗ ਵਿਛੋੜੇ ਵਾਲੀ ਤਵਤ ਤੇ ਤਕਦੀਰ ਦਾ ਸੜ ਨਾ ਜਾਵੇ ਤਾਂ ਦਾ ਫੁਲਕਾ ਆਕੇ ਕਾ ਜਾ ਵੀਰ ਰੇ, ਕਦੀ ਤੇ ਆ ਜਾ ਵੀਰ ਰੇ, ਕਦੀ ਤੇ ਆ ਜਾ ਵੀਰ ਜੀ, ਹੋਰਾਂ ਦੇ ਲਈ ਰੱਬ ਆਵੇਂਗਾ, ਹੋਰਾਂ ਦੇ ਲਈ ਰੱਬ ਆਵੇਂਗਾ, ਮੇਰਾ ਮਾਂ ਪਿਓ ਜਾਇਆ, ਮੇਰਾ ਮਾਂ ਪਿਓ ਜਾਇਆ, ਇੰਨੀ ਯਾਦ ਵਿੱਚ ਰੱਬ ਵੀ ਆਇਆ ਪਰ ਵੀ ਰਾਨਾ ਆਇਆ, ਪਰ ਵੀ ਰਾਨਾ ਆਇਆ, ਰਾਤ ਦੇ ਵਿੱਚ ਨੈਣੀ ਮਾਨੀ ਚਮ ਚਮ ਡੋਲੇ ਨੀਰ ਵੇ, ਸੜ ਨਾ ਜਾਵੇ ਤਾਂ ਦਾ ਫੁਲਕਾ ਆਕੇ ਕਾ ਜਾ ਵੀਰ ਨੇ, ਕਦੀ ਤੇ ਆ ਜਾ ਵੀਰ, ਲੁੱਟ ਪਏ ਉਹਨੇ ਕਾਂਗ ਬਨੇ ਤੇ ਝੂਠ ਬੋਲ ਦੇ, ਕਾਂਗ ਬਨੇ ਰੇ ਤੇ ਝੂਠ ਬੋਲ ਦੇ, ਫਿਰ ਵੀ ਪਾਵਾਂ ਚੁਰੀ, ਫਿਰ ਵੀ ਪਾਵਾਂ ਚੁਰੀ,
ਕੰਗ ਬਣੇ ਦੇ ਤੇ ਝੂਠ ਬੋਲਦੇ ਫਿਰ ਵੀ ਪਾਵਾਂ ਚੁਰੀ ਅਸਾ ਲਾਲਾ ਥੱਕ ਗਈ ਮੈਂ ਆਸਨਾ ਹੋਈ ਪੂਰੀ ਰਾਤ ਦੇ ਵਿੱਚ ਨੈਣੀ ਮਾਣੀ ਸ਼ਮ ਸ਼ਮ ਡੋਲੇ ਨੀਰ ਵੇ ਸੜ ਨਾ ਜਾਵੇ ਤਾਂ ਦਬੁਲਕਾ ਆ ਕੇ ਗਾ ਜਾ ਵੀਰ ਵੇ ਅਗਲਾ ਪੀਰ ਮੈਨੇ ਆ ਵੱਲ ਲੋਕੀ ਕਦ ਮੈਨੂੰ ਮਰ ਪੀਰ ਮੈਨੇ ਆ ਵੱਲ ਲੋਕੀ ਕਦ ਮੈਨੂੰ ਮਰਨ ਤੈਨੂੰ ਨਾ ਪੈਣਾ ਦਜਣਾ ਜਿਨ੍ਹਾਂ ਨੂੰ ਵੀਰ ਵਸਾਰਨ ਤੈਨੂੰ ਨਾ ਪੈਣਾ ਦਜਣਾ ਜਿਨ੍ਹਾਂ ਨੂੰ ਵੀਰ ਵਸਾਰਨ ਰਾਤ ਦੇ ਵਿੱਚ ਨੈਣੀ ਮਾਨੀ ਰਾਤ ਦੇ ਵਿੱਚ ਨੈਣੀ ਮਾਨੀ ਚਮ ਚਮ ਡੋਲੇ ਨੀਰ ਵੇ ਚੜ ਨਾ ਜਾਵੇ ਤਾਂ ਡਬੁਲਕਾ ਆ ਕੇ ਖਾ ਜਾ ਵੀਰ ਵੇ ਕਦੀ ਤੇ ਆ ਜਾ ਵੀਰ ਵੇ ਕਦੀ ਤੇ ਆ ਜਾ ਵੀਰ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਬਹੁਤ ਸੋਹਣਾ ਬਹੁਤ ਸੋਹਣਾ ਗਾਇਆ ਆਵਾਜ਼ ਵੀ ਬਹੁਤ ਸੋਹਣੀ ਸੀਗੀ ਆਵਾਜ਼ ਤਾਂ ਜੋ ਹੈਗੀ ਆ ਮਾਲਕ ਦੀ ਠੀਕ ਹੈ ਜੋ ਇੱਦਾਂ ਦੀ ਵੀ ਹੁੰਦੀ ਆ ਆਪਣੀ ਸਾਰਿਆਂ ਦੀ ਤੁਹਾਡੀ ਸਾਡੀ ਜਾਂ ਵੱਖਰੀ ਵੱਖਰੀ ਹੁੰਦੀ ਆ ਪਰ ਗੱਲ ਇਹ ਜਦੋਂ ਤੁਸੀਂ ਰੂਹ ਨਾਲ ਗਾਉਂਦੇ ਨਾ ਤਾਂ ਉਹ ਤੁਹਾਡਾ ਅੰਦਰ ਰੂਹ ਤੱਕ ਉਤਰ ਜਾਂਦੀ ਗੱਲ ਹਨਾ ਤਾਂ ਬੜੇ ਰੂਹ ਦੇ ਨਾਲ ਬੜੇ ਠਰੰਮੇ ਦੇ ਨਾਲ ਰੋਸ਼ਨ ਸਿੰਘ ਜੀ ਜਿੱਦਾਂ ਦੀ ਹੈਗੀ ਸੀ ਉਹ ਉਡੀਕ ਸੀ ਜਿਹੜੀ ਉਹ ਜਾਣੀ ਪੇਸ਼ ਕੀਤੀ ਉਹਨਾਂ ਨੇ ਚਲੋ ਇੱਦਾਂ ਤਾਂ ਠੀਕ ਅਸੀਂ ਕਹਿੰਦੇ ਹਾਂ ਬਈ ਜਿਹੜੇ ਕਾਰੀਗਰ ਹੋਰ ਲੋਕ ਹੁੰਦੇ ਹੋਰ ਵਧੀਆ ਗਾ ਸਕਦੇ ਹੁੰਦੇ ਆ ਪਰ ਜਿਹੜਾ ਜਿਸ ਬੰਦੇ ਦੀ ਆਪਣੀ ਰੂਹ ਹੁੰਦੀ ਹੈ ਵੀ ਮੈਂ ਇੱਦਾਂ ਗਾਵਾਂ ਤਾਂ ਉੱਦਾਂ ਉਹ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਹੈ ਨਾ ਅਤੇ ਦਿਲ ਕਰਦਾ ਸੀ ਬਈ ਸੁਣੀਏ ਹਾਂਜੀ ਹਾਂਜੀ ਬਹੁਤ ਸੋਹਣਾ ਸੀ ਹੈ ਨਾ ਹਾਂਜੀ ਠੀਕ ਹੈ ਹਾਂਜੀ ਤੁਸੀਂ ਕਰ ਦਿਓ ਜੋ ਕਰਨਾ ਹਾਂਜੀ ਹਾਂਜੀ ਅਤੇ ਮੈਂ ਥੈਂਕ ਯੂ ਕਰਦੇ ਹਾਂ ਅਸੀਂ ਰੋਸ਼ਨ ਸਿੰਘ ਜੀ ਇੱਥੇ ਲੰਡਨ ਵਾਲਿਆਂ ਦਾ ਜੀ ਬਹੁਤ ਵਧੀਆ ਗੱਲ ਫਿਰ ਵੀ ਆਇਓ ਹਾਂਜੀ ਜੀ ਇਸੇ ਗੀਤ ਮੈਂ ਗਾਉਂਦੀ ਇੱਕ ਕੋਰਾ ਕੋਰਾ ਕੁਜਾ ਨੀ ਠੰਡਾ ਠਾਰ ਪਾਣੀ ਨੀ ਠੰਡਾ ਠਾਰ ਪਾਣੀ ਸਾਨੂੰ ਛਿੱਟੜੇ ਮਾਰੇ ਜਗਾਵਦਾਈ ਬਰਜੀ ਸੱਸੀ ਨੀ ਪੋਤੇ ਆਪਣੇ ਨੂੰ ਨੀ ਪੋਤੇ ਆਪਣੇ ਨੂੰ ਸਾਡੀ ਲੜਨੀ ਦਗਵਾਮਦਾਈ ਤੈਨੂੰ ਐ ਨੀ ਤੈਨੂੰ ਸਬਰ ਨੋਏ ਮੇਰਾ ਬੇਟਾ ਤਾਂ ਕੁਝ ਨਾ ਜਾਣਦਾਈ ਬੈਠ ਬੈਠ ਸੱਸੀ ਨੀ ਬੋਲੀ ਬਾਜ ਸੱਸੀ ਤੇਰਾ ਬੇਟੜਾ ਛਾਲੇ ਪਾਮਦਾਈ ਕੋਰਾ ਕੋਰਾ ਕੁੰਡਾ ਨੀ ਰੰਗੀਨ ਡੰਡਾ ਨੀ ਰੰਗੀਨ ਡੰਡਾ ਸਾਥੋਂ ਪੰਗੀਆ ਪੰਗ ਕਟਾਮਦਾਈ ਅਸਾਂ ਕੋਟ ਦਿੱਤੀ ਕੋਟ ਹਾਜ਼ਰ ਕੀਤੀ ਸਾਡੇ ਸਾਲੂ ਦੇ ਨਾਲ ਪਣਾਮਦਾਈ ਬਰਜੀ ਸੱਸੀ ਨੀ ਪੋਤੇ ਆਪਣੇ ਨੂੰ ਨੀ ਪੋਤੇ ਆਪਣੇ ਨੂੰ ਸਾਡੇ ਸਾਲੂ ਦੀਆ ਬਗਵਾਮਦਾਈ ਤੈਨੂੰ ਐ ਨੀ ਤੈਨੂੰ ਸਬਰ ਨੋਏ ਮੇਰਾ ਪੁੱਤ ਤਾਂ ਕੁਝ ਨੀ ਜਾਣਦਾਈ ਬਰਜੀ ਨਣਦੇ ਨੀ ਵੀਰ ਆਪਣੇ ਨੂੰ
ਸਾਡੇ ਸਾਲੂ ਦੀ ਆਵਗਵਾਮਦਾਈ ਤੈਨੂੰ ਇਹ ਪਾਬੀ ਨੀ ਤੈਨੂੰ ਸਵਰ ਪਾਬੀ ਮੇਰਾ ਵੀਰ ਤਾਂ ਕੁਝ ਨੀ ਜਾਣਦਾਈ ਇੰਨਾ ਕੇ ਰਹਿਣ ਦਿੰਦੇ ਆ ਜੀ ਹੁਣ ਤੁਸੀਂ ਆਪਣਾ ਟਾਈਮ ਲੈ ਲਓ ਜੀ ਲੈਣ ਤਾਂ ਥੋੜ੍ਹੇ ਮਿੰਟ ਰਹਿ ਗਏ ਖਤਮ ਹੋ ਗਿਆ ਜੀ ਜੀ ਇੱਕ ਮਿੰਟ ਚਾਹੀਦਾ ਤੁਹਾਨੂੰ ਹਾਂਜੀ ਠੀਕ ਹੈ ਤੁਸੀਂ ਕਿਹਾ ਸੀ ਇੱਕ ਮਿੰਟ ਚਾਹੀਦਾ ਇੱਕ ਮਿੰਟ ਤਾਂ ਨਹੀਂ ਫਿਰ ਗੱਲ ਉਹਦੇ ਵਿੱਚ ਤਾਂ ਫਿਰ ਨਾ ਉਹਦਾ ਸਿਰਾ ਲੱਗਦਾ ਤਾਂ ਨਾ ਉਹ ਮੁੱਕਦੀ ਤਾਂ ਨਾ ਉਹ ਸ਼ੁਰੂ ਹੁੰਦੀ ਆ ਹਾਂਜੀ ਤੇ ਉਹ ਗੱਲ ਕਰਦਾ ਫਿਰ ਕੋਈ ਫਾਇਦਾ ਨਹੀਂ ਜਿਹੜੀ ਪਹੁੰਚੇ ਨਾ ਕਿਸੇ ਪਾਸੇ ਜੀ ਸੋ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਹੈਗਾ ਹਾਂਜੀ ਤੇ ਇਹਦੇ ਵਿੱਚ ਅਸੀਂ ਤਾਂ ਇੱਦਾਂ ਕਹਿੰਦੇ ਬਈ ਜਿਹੜੇ ਆਏ ਭੈਣ ਭਰਾ ਉਹਨਾਂ ਦਾ ਥੈਂਕ ਯੂ ਕਰਦੇ ਹਾਂ ਜੀ ਹਾਂਜੀ ਮੇਲਾ ਜਿਹੜਾ ਆ ਬਈ ਥੋੜਾ ਥੋੜਾ ਤੀਆਂ ਦਾ 4 ਤਰੀਕ ਨੂੰ ਆ ਸੈਟਰਡੇ ਆ ਰਿਹਾ ਹੈਗਾ ਆ ਜੀ ਇਹਦੇ ਵਿੱਚ ਤੁਸੀਂ ਪਹੁੰਚ ਕੇ ਲੇਡੀਜ਼ ਜਿਹੜੀਆਂ ਹੈਗੀਆਂ ਉਹ ਆਪਣਾ ਉੱਥੇ ਆਨੰਦ ਮਾਣਨਗੀਆਂ ਹਨਾ ਹਾਂਜੀ 7 ਤੋਂ 11 ਜਾਣ ਉੱਥੇ 4 ਤਰੀਕ ਨੂੰ 7 ਤੋਂ 11 ਜੀ ਡਡਲੀ ਰੋਡ ਦੇ ਉੱਤੇ ਹੈ ਜੀ ਕਮਿਊਨਿਟੀ ਸੈਂਟਰ ਦੇ ਵਿੱਚ ਹੈ ਜੀ 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 ਸੇ ਆਪਣੀਆਂ ਟਿਕਟਾਂ ਲੈ ਕੇ ਉੱਥੇ ਪਹੁੰਚੋ ਤੇ ਜਿਹਨਾਂ ਵੀ ਭੈਣਾ ਭਰਾਵਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਹੈਗਾ ਉਹਨਾਂ ਦਾ ਸੇ ਥੈਂਕ ਯੂ ਬਹੁਤ ਸੋਹਣੇ ਸੋਹਣੇ ਗੱਲਾਂ ਬਾਤਾਂ ਕੀਤੀਆਂ ਹੈਗੀਆਂ ਅੱਜ ਜੀ ਤੇ ਚੰਗੀਆਂ ਲੱਗੀਆਂ ਜੀ ਤੇ ਗਾਣੇ ਵੀ ਵਧੀਆ ਵਧੀਆ ਗਾਏ ਆ ਜੀ ਤੇ ਬੜੇ ਪੁਰਾਣੇ ਗਾਣੇ ਅੱਜ ਦੋ ਸੁਣਨ ਨੂੰ ਮਿਲੇ ਗੁਰੂ ਨਾਨਕ ਸਾਹਿਬ ਦੇ ਬਾਰੇ ਜੀ ਜੀ ਸੋ ਧੰਨਵਾਦ ਕਰਦੇ ਆਪ ਸਭ ਦਾ ਜੀ ਔਰ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਰਹਿ ਗਈਆਂ ਅਸੀਂ ਫਿਰ ਨੈਕਸਟ ਵੀਕ ਲੈ ਕੇ ਆਵਾਂਗੇ ਜੀ ਅਗਲੇ ਪ੍ਰੋਗਰਾਮ ਵਿੱਚ ਕਰ ਲਵਾਂਗੇ ਹੁਣ ਹੋਰ ਕੀ ਹੋ ਸਕਦਾ ਹੈ ਨਾ ਹਾਂਜੀ ਤੇ ਆਪ ਸਭ ਨੂੰ ਅਸੀਂ ਕਹਿੰਦੇ ਵੀ ਪ੍ਰੋਗਰਾਮ ਦੇ ਵਿੱਚ ਆਇਆ ਵੀ ਕਰੋ ਹਿੱਸਾ ਵੀ ਲਿਆ ਕਰੋ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਪੇਸ਼ ਕਰਿਆ ਕਰੋ ਤਾਂ ਕਿ ਨਵੀਂ ਜਿਹੜੀ ਸੋਚ ਉਹ ਬਣਦੀ ਰਹਿੰਦੀ ਹੈਗੀ ਆ ਹਾਂਜੀ ਤੁਸੀਂ ਸਾਡੇ ਵੱਲੋਂ ਹੁਣ ਜਿੰਨੇ ਵੀ ਭੈਣ ਭਰਾ ਇਸ ਨਾਲ ਬਹੁਤ ਬਹੁਤ ਥੈਂਕ ਯੂ ਕਰਦੇ ਸਾਡੇ ਵੱਲੋਂ ਬਹੁਤ ਪਿਆਰ ਨਾਲ ਜੈ ਗੁਰਦੇਵ ਤਾਂ ਗੁੱਡ ਈਵਨਿੰਗ ਜੀ ਗੁੱਡ ਨਾਈਟ ਅਸੀਂ ਆਖਦੇ ਆਪ ਸਭ ਨੂੰ ਜੀ ਪ੍ਰੋਗਰਾਮ ਦੀ ਤਾਂ ਸਮਾਪਤੀ ਹੋ ਗਈ ਹੈਗੀ ਆ ਸਕੈਂਟਾਂ ਦੀਆਂ ਗੱਲਾਂ ਹੈਗੀਆਂ ਗੁੱਡ ਨਾਈਟ ਆਪ ਸਭ ਨੂੰ ਹਾਂਜੀ